ਮੈਂ ਇੱਕ ਗੱਲ ਕਹਿਣਾ ਚਾਹੁੰਦਾ ਸਿਰਫ ਗਾਣੇ ਕੱਢਿਆ ਕੱਢਣ ਨਾਲ ਮਿਸ਼ਨ ਫਤਿਹ ਜਾਂ ਵੱਡੇ ਵੱਡੇ ਐਡਵਰਟਾਈਜ਼ਮੈਂਟਸ ਕਰਨ ਨਾਲ ਮਿਸ਼ਨ ਫਤਿਹ ਵੱਡੇ ਵੱਡੇ ਪੋਸਟਰ ਲਾਣਾ ਮਿਸ਼ਨ ਫਤਿਹ ਨਹੀਂ ਹੋਣਾ ਦੇਖੋ ਪੰਜਾਬ ਦੀ ਜਨਤਾ ਨਾਲ ਦੇਖੋ ਬਹੁਤ ਸਿਆਣੀ ਹੈ ਗੁਮਰਾਹ ਨਹੀਂ ਹੋਦੀ ਪੰਜਾਬ ਦੀ ਜਨਤਾ ਨੂੰ ਗੁਮਰਾਹ ਕੀਤਾ ਜਾਂਦਾ ਠੀਕ ਆ ਉਹ 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 ਤਾਕਤਾਰ ਰਾਈ ਕੀਤਾ ਜਾਂਦਾ ਜਾਂ ਮੀਡੀਆ ਪਾਵਰ ਰਾਈ ਕੀਤਾ ਜਾਂਦਾ ਜਾਂ ਤੁਸੀਂ ਕਹਿ ਲਓ ਇੱਕ ਐਡਵਰਟਾਈਜ਼ਮੈਂਟਸ ਰਾਈ ਕੀਤਾ ਜਾਂਦਾ ਉਹ ਤੁਸੀਂ ਕਿਵੇਂ ਕਹਿ ਸਕਦੇ ਹੋ ਦੇਖੋ ਅੱਛਾ ਜਿਹੜੀ ਨੈਸ਼ਨਲ মিডিਆ ਤੁਹਾਨੂੰ ਕੀ ਲੱਗਦਾ ਨਿਰਪੱਖਤਾ ਨਾਲ ਨਹੀਂ ਮੈਂ ਉਹਦਾ ਗੱਲ ਕਰਦਾ ਜਿਹੜੀ ਆਪਣੀ ਮੈਂ ਸਾਰੀ মিডিਆ ਦੀ ਗੱਲ ਨਹੀਂ ਕਰਦਾ ਸਾਰੀ মিডিਆ ਦੀ ਗੱਲ ਕਰਦਾ ਆਈ ਟੇਕ ਮਾਈ ਵਰਡਸ ਬੈਕ ਕੈਪਟਨ ਸਾਹਿਬ ਵੀ ਲੋਕਾਂ ਦੇ ਗੱਡ ਚੱਗ ਰਹੇ ਆ ਤੇ ਮੋਦੀ ਸਾਹਿਬ ਵੀ ਆਤਮ ਦੇ ਪ੍ਰਕਰ ਕਰ ਰਹੇ ਆ ਤੁਸੀਂ ਵੀ ਲੋਕਾਂ ਦੇ ਸਾਹਦੇ ਮਨ ਕੇ ਲੀਡਰ ਨੇ ਆਪ ਕੁਝ ਨਹੀਂ ਕਰਦਾ ਲੋਕੀ ਸਭ ਕੁਝ ਕਰਦੇ ਇੱਕ ਭਾਈ ਨਿਰਮਲ ਸਿੰਘ ਖਾਸਾ ਜੀ ਦੀ ਆਡੀਓ ਵੀ ਆਈ ਸੀ ਬਾਅਦ ਤੇ ਜਿਹਦੇ ਚ ਉਹਨਾਂ ਨੇ ਕਿਹਾ ਸੀ ਕਿ ਮੈਨੂੰ 4 ਘੰਟੇ ਹੋ ਗਏ ਕਿ ਮੈਨੂੰ ਇਹ ਮੇਰਾ ਹੱਥ ਤੱਕ ਇਲਾਜ ਨਹੀਂ ਹੋ ਰਿਹਾ ਮਤਲਬ ਦੇਖ ਲਓ ਪਦਮਸ਼ੀਰੀ ਆ ਸਾਡੇ ਕੌਮ ਦੇ ਹੀਰੇ ਸੀ ਤੇ ਉਹਨਾਂ ਦਾ ਨੀਂ ਖਿਆਲ ਰੱਖਿਆ ਗਿਆ ਜਦੋਂ ਇਹਨਾਂ ਦੇ ਕਿਸੇ ਲੀਡਰ ਨੂੰ ਕਿਸੇ ਵੱਡੇ ਅਫਸਰ ਨੂੰ ਕਰੋਨਾ ਹੋਇਆ ਉਦੋਂ ਤਾਂ ਹਰ ਚੀਜ਼ ਮਤਲਬ ਟਾਈਮ ਟੂ ਟਾਈਮ ਅਵੇਲੇਬਲ ਹੋ ਜਾਂਦੀ ਆ ਵੱਡੇ ਵੱਡੇ ਹਸਪਤਾਲਾਂ ਦੇ ਬੈੱਡ ਵੀ ਅਵੇਲੇਬਲ ਹੋ ਜਾਂਦੇ ਆ ਪਰ ਜੇ ਕਿਸੇ ਆਮ ਬੰਦੇ ਨੂੰ ਹੋ ਜਾਏ ਕਰੋਨਾ ਫੇ ਤਾਂ ਰੱਬਰ ਉਸੇ ਛੱਡਿਆ ਜਾਣਾ ਕਹਿੰਦਾ ਮੇਰੇ ਪਿਓ ਨੇ ساری ਉਮਰ ਪੈਸਾ ਕਮਾਇਆ ਪਰ ਐਟ ਦੀ ਐਂਡ ਬੇਵਸ ਹੋ ਗਏ ਤੇ ਇਹ ਇਹ ਸਾਡੀਆ ਸਰਕਾਰਾਂ ਨੂੰ ਇਹਨਾਂ ਨੇ ਬੇਨਕਾਬ ਕੀਤਾ ਹੈ ਸਾਡੀਆ ਸਰਕਾਰਾਂ ਜਿਹੜੇ ਝੂਠੇ ਦਾਅਵੇ ਕਰਦੇ ਆ ਉਹਦੀ ਪੋਲ ਖੁੱਲੀ ਆ ਨਾ ਇੱਥੇ ਕਿੱਥੇ ਤੁਸੀਂ ਦੇਖੋਗੇ ਕੋਈ ਰੀਫਰੈਂਡਮ 2020 ਦੀ ਪੂਰੇ ਪੰਜਾਬ ਪਰਚ ਕਿੱਥੇ ਕੋਈ ਗੱਲ ਨਹੀਂ ਹੋ ਰਹੀ ਗਰਾਊਂਡ ਲੈਵਲ ਤੇ ਕੋਈ ਮਤਇਤਾ ਚਰਚਾ ਨਹੀਂ ਹੋ ਰਹੀ ਇਹ ਸਿਰਫ ਤੱਕੇਸ਼ਾਈ ਚਰਚਾ ਦਾ ਵਿਸ਼ਾ ਸਾਡੇ ਪੰਜਾਬ ਚ ਬਣਾ ਰਿਆ ਜਾ ਰਿਹਾ ਹੈ ਇਹਦੇ ਪਿੱਛੇ ਮੈਨੂੰ ਲੱਗਦਾ ਵੋਟ ਬੈਂਕ ਪੋਲਿਟਿਕਸ ਚੱਲਦੀ ਆ NCRP ਦੀ ਰਿਪੋਰਟ ਹੈ ਕਿ ਜਿਹੜੇ ਯੂਐਪਾ ਕੇਸ ਦੇ ਵਿੱਚ ਫੜੇ ਸੀ ਅੰਨਾ ਦੇ ਬੰਦੇ 75% ਆਫਟਰ ਮਤਲਬ ਇਨਵੈਸਟੀਗੇਸ਼ਨ ਮਤਲਬ 75% ਵਰ ਇਨੋਸੈਂਟ ਪੰਜਾਬ ਦੇ ਹੱਕ ਦੀ ਅਸੀਂ ਆਵਾਜ਼ ਕਰ ਰਹੇ ਕਿ ਗੁਨਾਹ ਕਰ ਰਹੇ ਨਹੀਂ ਬਿਲਕੁਲ ਜੇ ਪੰਜਾਬ ਦੇ ਕਿਸਾਨਾਂ ਦੀ ਗੱਲ ਕਰ ਰਹੇ ਗੁਨਾਹ ਕਰ ਰਹੇ ਜੇ ਪੰਜਾਬ ਦੇ ਨੌਜਵਾਨਾਂ ਨਾਲ ਧੱਕਾ ਹੋ ਰਿਹਾ ਪੰਜਾਬ ਦੇ ਨੌਜਵਾਨਾਂ ਨੂੰ ਚੱਕਿਆ ਜਾ ਰਿਹਾ ਗਲਤ ਬੇਕਸੂਰ ਨੌਜਵਾਨਾਂ ਤੇ ਪਰਚੇ ਪਾਏ ਜਾ ਰਹੇ ਕਿ ਅਸੀਂ ਉਹਦੀ ਗੱਲ ਕਰ ਰਹੇ ਗਲਤ ਕਰ ਰਹੇ ਰਾਇਮੋ ਦੇ ਦੇਖ ਰਹੇ ਸਰ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਇੰਦਰਪਾਲ ਸਿੰਘ ਤੁੰਨਾ ਪੰਜਾਬ ਦੇ ਵਿੱਚ ਕਰੋਨਾ ਮਹਾਮਾਰੀ ਦੇ ਚੱਲਦੇ ਆ ਜਿਹੜੇ ਕੇਸ ਹੈ ਦਿਨ-ਦਿਨ ਵਧਦੇ ਜਾ ਰਹੇ ਨੇ ਤੇ ਵੱਡੀ ਗਿਣਤੀ ਵਿੱਚ ਜਿਹੜੀਆਂ ਮੌਤਾਂ ਉਹ ਵੀ ਹੋ ਚੁੱਕੀਆਂ ਨੇ ਇਕੱਲੇ ਪੰਜਾਬ ਦੇ ਵਿੱਚ ਨਹੀਂ ਦੇਸ਼ ਦੀ ਗੱਲ ਕੀਤੀ ਉਹ ਦੁਨੀਆ ਦੀ ਗੱਲ ਕੀਤੀ ਜਾਵੇ ਤਾਂ ਕੋਈ ਵੀ ਇਹ ਤੋਂ ਮੈਂ ਸਮਝ ਸਕਦਾ ਬਚਿਆ ਨਹੀਂ ਹੈਗਾ ਇਹ ਮਹਾਮਾਰੀ ਦਿਨ-ਦਿਨ ਵੱਧਦੀ ਜਾਦੀ ਹੈ ਪਰ ਗੱਲ ਕੀਤੀ ਜਾਵੇ ਸਿਸਟਮ ਦੀ ਦਾ ਸਿਸਟਮ ਵੀ ਇਹਦੇ ਮੂਰੇ ਮੈਂ ਸਮਝਦਾ ਫੇਲ ਸਾਬਤ ਹੋ ਰਿਹਾ ਭਾਵੇਂ ਕੇਂਦਰ ਸਰਕਾਰ ਦੀ ਗੱਲ ਕੀਤੀ ਜਾਵੇ ਪੰਜਾਬ ਸਰਕਾਰ ਦੀ ਗੱਲ ਕੀਤੀ ਜਾਵੇ ਜਾਂ ਗੱਲ ਕੀਤੀ ਜਾਵੇ ਲੁਧਿਆਣਾ ਪ੍ਰਸ਼ਾਸਨ ਦੀ ਬਿੱਤੇ ਦਿਨੀ ਇੱਕ ਨੌਜਵਾਨ ਆਗਪਾਲ ਆਗਪਾਲ ਫੈਮਿਲੀ ਲੁਧਿਆਣੇ ਦੀ ਉਹਨਾਂ ਦੇ ਪਰਿਵਾਰ ਪਰਿਵਾਰ ਮੈਂਬਰ ਦੀ ਡੈਥ ਹੋ ਜੋ ਕੀ ਹੋ ਜਾਂਦੀ ਹੈ ਤੇ ਸਭ ਤੋਂ ਸ਼ਰਮਨਾਕ ਇਹ ਹੈ ਵੀ ਲੁਧਿਆਣੇ ਦਾ ਸਭ ਤੋਂ ਵੱਡਾ ਹਸਪਤਲ ਹੈ ਨਾਮੀ ਹਸਪਤਲ ਨਿੱਜੀ ਹਸਪਤਲ ਹੈ ਉਸ ਹਸਪਤਲ ਦੇ ਵਿੱਚ ਬੈੱਡ ਨਾ ਮਿਲਣ ਕਰਕੇ ਉਸ ਪਰਿਵਾਰ ਦੇ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤੇ ਬਸ ਉਸ ਤੋਂ ਸਾਨੂੰ ਲੱਗਦਾ ਹੈ ਵੀ ਜਿਹੜੀ ਇਹ ਪੋਲ ਹੈ ਉਹ ਕਿਤਨਾ ਕਿਤੇ ਪੰਜਾਬ ਸਰਕਾਰ ਦੀ ਖੁੱਲਦੀ ਨਜ਼ਰ ਆ ਰਹੀ ਹੈ ਇਸ ਮੁੱਦੇ ਤੇ ਇੱਕ ਕੇਂਦਰ ਸਰਕਾਰ ਵੱਲੋਂ ਯੂਪੀਏ ਐਕਟ ਲਾਗੂ ਕੀਤਾ ਜਿਹੜਾ ਕਾਨੂੰਨ ਹੈ ਉਹ ਵਿੱਚ ਸੋਧ ਕੀਤੀ ਗਈ ਹੈ ਉਸ ਮੁੱਦੇ ਤੇ ਹੋਰ ਰਾਜਨੀਤਿਕ ਮੁੱਦੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ ਪੰਜਾਬ ਇਕਤਾ ਪਾਰਟੀ ਦੇ ਮੁਖ ਬੁਲਾਰੇ ਪ੍ਰੋਫੈਸਰ ਕੋਮਲ ਨੂਰ ਸਿੰਘ ਜੀ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਉਹਨਾਂ ਦੇ ਸਾਰੇ ਮਾਮਲੇ ਤੇ ਕੀ ਕਹਿਣਾ ਬਹੁਤ ਬਹੁਤ ਸਵਾਗਤ ਹੈ ਸਸੀ ਕਾਲ ਜੀ ਸਸੀ ਕਾਲ ਜੀ ਸਾਰਿਆਂ ਨੂੰ ਅ ਵੀ ਜੀ ਸਭ ਤੋਂ ਪਹਿਲਾ ਸਵਾਲ ਮੇਰਾ ਇਹ ਹੀ ਹੈ ਜਿਹੜਾ ਨਾਗਪਾਲ ਫੈਮਿਲੀ ਚ ਡੈਥ ਹੋਈ ਹੈ ਪਰਿਵਾਰਕ ਮੈਂਬਰ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਜੀ ਬਹੁਤ ਮੰਦ ਭੱਗ ਹੈ ਉਕੇ ਘਰ ਦਾ ਜਦੋਂ ਜੀ ਚਲਾ ਜਾਂਦਾ ਨਾ ਤੇ ਉਹਦੇ ਪਿੱਛੇ ਸਾਰਾ ਪਰਿਵਾਰ ਫਿਰ ਜਿੰਦੇ ਜੀ ਮਰਨ ਲੱਗ ਜਾਂਦਾ ਤੇ ਜਿਵੇਂ ਉਸ ਨੌਜਵਾਨ ਪ੍ਰਨਵ 나ਗਪਾਲ ਜਿੰਨੇ ਕੱਲ ਵੀਡੀਓ ਪਾਈ ਹੈ ਤੇ ਉਹਨੇ ਆਪਣੀ ਹੱਡ ਬਿੱਤੀ ਸਾਰੀ ਦੱਸੀ ਕਿ ਕਿੱਦਾਂ ਮੇਰੇ ਫਾਦਰ ਸਾਹਿਬ ਨੂੰ ਬੈੱਡ ਨਹੀਂ ਮਿਲੇ ਇੱਕ ਨਾਮੀ ਹਸਪਤਾਲ ਚ ਜਿਹੜਾ ਕਿ ਸਾਰੇ ਪੰਜਾਬ ਚ ਨੰਬਰ 1 ਦਾ ਹਸਪਤਾਲ ਕਿਹਾ ਜਾਂਦਾ ਤੇ ਇਹਦੇ ਵਿੱਚ ਮੈਂ ਕਹਿੰਨਾ ਸਿਰਫ ਉਹਦੇ ਫਾਦਰ ਦੀ ਡੈਥ ਨਹੀਂ ਹੋਈ ਉਹਦੇ ਵਿੱਚ ਸਾਡੀ ਐਡਮਿਨਿਸਟ੍ਰੇਸ਼ਨ ਦੀ ਡੈਥ ਹੋਈ ਹੈ ਸਾਡੇ ਸਿਸਟਮ ਦੀ ਡੈਥ ਹੈ ਤੇ ਸਾਡੇ ਸਰਕਾਰਾਂ ਦੀ ਕਾਰਗੁਜ਼ਾਰੀ ناکਾਮ ਹੋਈ ਹੈ ਇਹਦੇ ਵਿੱਚ ਜਿਹੜੇ ਵੱਡੇ ਵੱਡੇ ਦਾਅਵੇ ਕਰਦੇ ਸੀ ਕਿ ਅਸੀਂ ਕੋਵਿਡ-19 ਨਾਲ ਲੜਨ ਲਈ ਅਸੀਂ ਪੂਰੀ ਤਿਆਰੀ ਕਰਦੇ ਹਾਂ ਉਹ ਪੂਰੀ ਪੋਲ ਖੁੱਲ ਗਈ ਹੈ ਮੈਨੂੰ ਯਾਦ ਹੈ ਇਸ ਤੋਂ ਪਹਿਲਾਂ ਜਦੋਂ ਨਵਾਂ ਨਵਾਂ ਕਰੋਨਾ ਫੈਲਿਆ ਸੀ ਉਸ ਤੋਂ ਬਾਅਦ ਇੱਕ ਭਾਈ ਨਿਰਮਲ ਸਿੰਘ ਖਾਸਾ ਜੀ ਦੀ ਆਡੀਓ ਵੀ ਆਈ ਸੀ ਬਾਅਦ ਜਿਹਦੇ ਚ ਉਹਨਾਂ ਨੇ ਕਿਹਾ ਸੀ ਕਿ ਮੈਨੂੰ 4 ਘੰਟੇ ਹੋ ਗਏ ਕਿ ਮੈਨੂੰ ਇਹ ਮੇਰਾ ਹਲ ਤੱਕ ਇਲਾਜ ਨਹੀਂ ਹੋ ਰਿਹਾ ਮਤਲਬ ਦੇਖ ਲਓ ਪਦਮਸ਼ੀਰੀ ਆ ਸਾਡੇ ਕੌਮ ਦੇ ਹੀਰੇ ਸੀ ਤੇ ਉਹਨਾਂ ਦਾ ਨੀਂ ਖਿਆਲ ਰੱਖਿਆ ਗਿਆ ਉਸ ਤੋਂ ਬਾਅਦ ਕੇਸ ਆਇਆ ਸੀ ਲੁਧਿਆਣਾ ਚ ਇੱਕ 45 ਸਾਲ ਦੀ ਔਰਤ ਸੀ ਜਿਹਨੂੰ ਕਰੋਨਾ ਪੋਜ਼ਿਟਿਵ ਆਇਆ ਗਿਆ ਸੀ ਤੇ ਉਹਨੂੰ ਪਟਿਆਲੇ ਸ਼ਿਫਟ ਕੀਤਾ ਗਿਆ ਵਾਟ ਵਾਸ ਦ ਰੀਜ਼ਨ ਕੀ ਰੀਜ਼ਨ ਐ ਸੀ ਕਿ ਉਹਨੂੰ ਲੁਧਿਆਣਾ ਚ ਵੈਂਟੀਲੇਟਰ ਨਹੀਂ ਮਿਲਿਆ ਤੇ ਦੇਖੋ ਬੜੀ ਦੁੱਖ ਦਾ ਐ ਬੜੀ ਮੰਦ ਭਾਗ ਐ ਕਿ ਸਾਡੀਆਂ ਸਰਕਾਰਾਂ ਫੇਲ ਹੋ ਰਹੀਆਂ ਇਸ ਮਹਾਮਾਰੀ ਦੇ ਖਿਲਾਫ ਲੜਨ ਦੀ ਮਤਲਬ ਸਾਡੇ ਲੋਕਾਂ ਨੂੰ ਇਹਨਾਂ ਨੇ ਰੱਬ ਦੇ ਪਰੋਸੇ ਛੱਡਤਾ ਤੇ ਮੈਂ ਹੈਰਾਨ ਆ ਕਿ ਸਾਡੀਆਂ ਸਰਕਾਰਾਂ ਕੋਲ ਰਿਸੋਰਸਸ ਹੈਗੇ ਆ ਹੁਣ ਇਸ ਵੇਲੇ ਮਹਾਮਾਰੀ ਚੱਲ ਰਹੀ ਐ ਇੱਕ ਡਿਜ਼ਾਸਟਰ ਚੱਲ ਰਿਹਾ ਡਿਜ਼ਾਸਟਰ ਮੈਨੇਜਮੈਂਟ ਐਕਟ ਬਣਿਆ ਹੋਇਆ ਅੰਡਰ ਸੈਕਸ਼ਨ 57 ਤੁਸੀਂ ਕਿਸੇ ਵੀ ਪ੍ਰਾਈਵੇਟ ਹਸਪੀਟਲ ਨੂੰ ਓਵਰਟੇਕ ਕਰ ਸਕਦੇ ਹੋ ਇਸ ਮਹਾਮਾਰੀ ਚ ਤੇ ਮੈਨੂੰ ਹੈਰਾਨੀ ਹੈ ਕਿ ਨਾ ਤਾਂ ਸਾਡਾ ਕੋਈ ਲੀਡਰ ਡਿਜ਼ਾਸਟਰ ਮੈਨੇਜਮੈਂਟ ਐਕਟ ਦੀ ਗੱਲ ਕਰ ਰਿਹਾ ਨਾ ਸਾਡੀ ਸਰਕਾਰ ਉਧਰ ਵਾਲੇ ਪਾਸੇ ਆ ਰਹੀ ਹੈ ਇੰਨੇ ਸਾਡੇ ਪ੍ਰਾਈਵੇਟ ਹਸਪੀਟਲਸ ਨੇ ਸਾਰਿਆਂ ਕੋਲ ਵੈਂਟੀਲੇਟਰਸ ਹੈਗੇ ਨੇ ਇਸ ਮਹਾਮਾਰੀ ਚ ਸਾਡੀ ਸਰਕਾਰ ਨੂੰ ਚਾਹੀਦਾ ਸੀ ਕਿ ਪ੍ਰਾਈਵੇਟ ਹਸਪੀਟਲਸ ਨੂੰ ਓਵਰਟੇਕ ਕਰੋ ਉਹਨਾਂ ਨੇ ਆਪਣੀ ਹੱਡ ਬਿੱਤੀ ਚ ਦੱਸਿਆ ਕਿ ਅਸੀਂ ਡੀਐਮਸੀ ਚ ਕੇ ਉਹਨਾਂ ਨੇ ਮਨਾ ਕਰਤਾ ਭਰਤੀ ਕਰਨ ਨੂੰ ਅਸੀਂ ਤੱਕੇ ਖਾਂਦੇ ਰਹੇ ਕਹਿੰਦਾ ਮੇਰੇ ਪਿਓ ਨੇ ਸਾਰੀ ਉਮਰ ਪੈਸਾ ਕਮਾਇਆ ਪਰ ਐਟ ਦੀ ਐਂਡ ਬੇਵਸ ਹੋ ਗਏ ਜੀ ਤੇ ਇਹ ਇਹ ਸਾਡੀ ਸਰਕਾਰ ਆ ਨੂੰ ਇਹਨਾਂ ਨੇ ਬੇਨਕਾਬ ਕੀਤਾ ਸਾਡੀ ਸਰਕਾਰਾਂ ਜਿਹੜੇ ਝੂਠੇ ਦਾਅਵੇ ਕਰਦੇ ਆ ਉਹਦੀ ਪੋਲ ਖੁੱਲੀ ਆ ਤੇ ਮੇਰੇ ਅੰਦਰ ਇੱਕ ਨਾ ਬੜਾ ਇੱਕ ਸਵਾਲ ਇੱਕ ਵਾਜਿਬ ਜਿਹਾ ਸਵਾਲ ਹੈ ਆਮ ਲੋਕਾਂ ਨੂੰ ਤੇ ਛੱਡ ਦਿੰਦੇ ਆ ਰੱਬ ਭਰੋਸੇ ਜਦੋਂ ਇਹਨਾਂ ਦੇ ਕਿਸੇ ਲੀਡਰ ਨੂੰ ਕਿਸੇ ਵੱਡੇ ਅਫਸਰ ਨੂੰ ਕਰੋਨਾ ਹੋਇਆ ਉਦੋਂ ਤਾਂ ਹਰ ਚੀਜ਼ ਮਤਲਬ ਟਾਈਮ ਟੂ ਟਾਈਮ ਅਵੇਲੇਬਲ ਹੋ ਜਾਂਦੀ ਹੈ ਵੱਡੇ ਵੱਡੇ ਹਸਪਤਾਲਾਂ ਦੇ ਬੈੱਡ ਵੀ ਅਵੇਲੇਬਲ ਹੋ ਜਾਂਦੇ ਆ ਪਰ ਜੇ ਕਿਸੇ ਆਮ ਬੰਦੇ ਨੂੰ ਹੋ ਜੇ ਕਰੋਨਾ ਫੇਰ ਤਾਂ ਰੱਪਰ ਉਸੇ ਛੱਡਿਆ ਜਾ ਰਿਹਾ ਬਹੁਤ ਦੁੱਖ ਲੱਗਦਾ ਸਰਕਾਰੀ ਸਿਸਟਮ ਦਾ ਤਾਂ ਆਪ ਨੂੰ ਪਤਾ ਸਰਕਾਰੀ ਹਸਪਤਲਸ ਦਾ ਪਤਾ ਆਪ ਨੂੰ ਹਾਲਾਤ ਕੁਝ ਜ਼ਿਆਦਾ ਵਧੀਆ ਨਹੀਂ ਹੈਗੇ ਇਹ ਜਿਹੜਾ ਇੱਕ ਜਿਹੜਾ ਨਾਮੀ ਹਸਪਤਲ ਦੀ ਆਪਾਂ ਗੱਲ ਕਰ ਰਹੇ ਆ ਇੱਥੇ ਦਾ ਦੂਰੋਂ ਦੂਰੋਂ ਜਿਵੇਂ ਤੁਸੀਂ ਕਹਿੰਦਾ ਪੰਜਾਬ ਦਾ ਨੰਬਰ 1 ਹਸਪਤਲ ਹੈ ਹਰ ਇੱਕ ਪੰਜਾਬ ਦੇ ਕੋਨੇ ਤੋਂ ਇੱਥੇ ਬੰਦਾ ਆਪਣਾ ਟ੍ਰੀਟਮੈਂਟ ਕਰਉਣ ਆਉਂਦਾ ਵਾ ਜਿਹੜਾ ਅਜਿਹੇ ਹਾਲਾਤਾਂ ਤੇ ਆ ਕੇ ਬੰਦੇ ਨੂੰ ਉੱਥੋਂ ਕੋਈ ਕੁਸੇ ਕਿਵੇਂ ਦੇਖਦੇ ਹੋ ਦੇਖੋ ਇੱਕ ਨਾ ਮੈਨੂੰ ਇਹ ਲੱਗਦਾ ਕਿ ਜਿਹੜਾ ਸਾਡੇ ਇੱਕ ਡਾਕਟਰ ਪੇਸ਼ਾ ਹੈ ਨਾ ਸਾਡੇ ਸਮਾਜ ਦੇ ਵਿੱਚ ਨਾ ਉਹਨੂੰ ਬੜਾ ਉੱਪਰ ਰੱਖਿਆ ਹੋਇਆ ਮਤਲਬ ਰੱਬ ਤੋਂ ਬਾਅਦ ਜੇ ਦਰਜਾ ਦਿੰਦੇ ਨਾ ਸਾਡੇ ਲੋਕ ਤੇ ਉਹ ਡਾਕਟਰਾਂ ਨੂੰ ਦਿੰਦੇ ਆ ਪਰ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਜਿਹੜਾ ਡਾਕਟਰਾਂ ਨੂੰ ਆਪਣਾ ਕਿਰਦਾਰ ਹੋਰ ਅੱਗੇ ਲੈ ਕੇ ਜਾਣਾ ਚਾਹੀਦਾ ਸੀ ਉਹ ਆਪਣੇ ਕਿਰਦਾਰ ਤੋਂ ਮੈਨੂੰ ਲੱਗਦਾ ਪਲਟ ਹਾਂ ਆਪਣੇ ਭਟਕ ਗਏ ਨੇ ਆਪਣੇ ਰਾਹ ਤੋਂ ਕਿਉਂਕਿ ਉੱਥੇ ਜਿਹੜੇ ਵੀ ਡਾਕਟਰ ਡਿਊਟੀ ਤੇ ਸੀ ਉਹਨਾਂ ਦਾ ਇੱਕ ਨੈਤਿਕ ਤੌਰ ਤੇ ਫਰਜ਼ ਬੰਦਾ ਸੀ ਜੇ ਕੋਈ ਬੰਦਾ ਮਰ ਰਿਹਾ ਬਿਮਾਰੀ ਨਾਲ ਲੜ ਰਿਹਾ ਤੇ ਉਹਦੀ ਉੱਥੇ ਮਦਦ ਕੀਤੀ ਜਾਏ ਪਰ ਇੱਥੇ ਸਾਡੇ ਨਾ ਉਹੀ ਕਹਿ ਰਿਹਾ ਸਹੂਲਤੇ ਨਹੀਂ ਹੈਗੀਆਂ ਡਾਕਟਰ ਆਪ ਦਰਨ ਲੱਗ ਜਾਂਦੇ ਆ ਕਹਿੰਦੇ ਸਾਡੇ ਕੋਲ ਪੀਪੀ ਕਿਟਸ ਨਹੀਂ ਹੈਗੀਆਂ ਹਰ ਜਗ੍ਹਾ ਤੇ ਤਾਂ ਸਾਡੀ ਫੇਲਿਅਰ ਹੋਈ ਆ ਜੇ ਜੇ ਅੰਮ੍ਰਿਤਸਰ ਚ ਪੀਪੀ ਕਿਟ ਦਾ ਘੁਟਾਲਾ ਸਾਹਮਣੇ ਆ ਗਿਆ ਜੇ ਸੈਨੀਟਾਈਜ਼ਰ ਦੀ ਗੱਲ ਕਰੋ ਉਹਦਾ ਘੁਟਾਲਾ ਸਾਹਮਣੇ ਆ ਗਿਆ ਜੇ ਅਨਾਜ ਵੰਡਣ ਦੀ ਗੱਲ ਕਰੋ ਉਹਦੇ ਚ ਘੁਟਾਲਾ ਸਾਹਮਣੇ ਆਇਆ ਮਤਲਬ ਹਰ ਚੀਜ਼ ਤਾਂ ਤੇ ਇਹਦਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਸਾਡੇ ਲੋਕ ਅੱਜ ਨਿਰਾਸ਼ ਹੋ ਰਹੇ ਨੇ ਅੱਜ ਲੋਕਾਂ ਦੇ ਵਿੱਚ ਤੁਸੀਂ ਕਹਿ ਲਓ ਉਮੀਦ ਨਾਮ ਦੀ ਕਿਰਨ ਹੀ ਖਤਮ ਹੋ ਚੁੱਕੀ ਹੈ ਜੇ ਆਪਾਂ ਸਰਕਾਰ ਤੋਂ ਉਮੀਦ ਰੱਖੀਏ ਅਸੀਂ ਲੋਕ ਵੀ ਆ ਟੈਕਸ ਪੇਅਰਸ ਹਨਾ ਆਪਾਂ ਟੈਕਸ ਭਰਦੇ ਆ ਕਾਦੇ ਲਈ ਭਰਦੇ ਆ ਕਿ ਔਖੀ ਕਟੀ ਚ ਸਰਕਾਰ ਸਾਡੀ ਬਾਹ ਫੜੇ ਹੁਣ ਜੇ ਇਹ ਮਹਾਮਾਰੀ ਆਈ ਹੈ ਸਰਕਾਰ ਨੂੰ ਚਾਹੀਦਾ ਕਿ ਪੂਰੀ ਤਿਆਰੀ ਕਰੇ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਸਿਰਫ ਗਾਣੇ ਕੱਢਿਆ ਕੱਢਣ ਨਾਲ ਮਿਸ਼ਨ ਫਤਿਹ ਜਾਂ ਵੱਡੇ ਵੱਡੇ ਐਡਵਰਟਾਈਜ਼ਮੈਂਟਸ ਕਰਨ ਨਾਲ ਮਿਸ਼ਨ ਫਤਿਹ ਵੱਡੇ ਵੱਡੇ ਪੋਸਟਰ ਲਾਣਾ ਮਿਸ਼ਨ ਫਤਿਹ ਨਹੀਂ ਹੋਣਾ ਮਿਸ਼ਨ ਫਤਿਹ ਹੋਣਾ ਜੋ ਤੱਕ ਅਸੀਂ ਤਿਆਰੀ ਪੂਰੀ ਮੁਕੰਮਲ ਨਹੀਂ ਕਰਦੇ ਅਸੀਂ ਜੋ ਤੱਕ ਬੈੱਡ ਵੱਧ ਤੋਂ ਵੱਧ ਤਿਆਰ ਨਹੀਂ ਕਰਦੇ ਹਸਪੀਟਲ ਵੱਧ ਤੋਂ ਵੱਧ ਤਿਆਰ ਨਹੀਂ ਕਰਦੇ ਇਸ ਮਹਾਮਾਰੀ ਨਾਲ ਲੜਨ ਲਈ ਉਦੋਂ ਤੱਕ ਅਸੀਂ ਇਸ ਮਹਾਮਾਰੀ ਦੇ ਖਿਲਾਫ ਜੰਗ ਨਹੀਂ ਜਿੱਤ ਸਕਦੇ ਹੁਣ ਚਾਈਨਾ ਚ ਫੈਲਿਆ ਸੀ ਉਹਨਾਂ ਨੇ ਉੱਥੇ ਨਿਊਜ਼ ਇਹ ਚੱਲਦੀ ਸੀ ਜੀ 10 ਦਿਨਾਂ 'ਚ 1200 ਬੈੱਡਾਂ ਦਾ ਹਸਪਤਾਲ ਤਿਆਰ ਕਰਤਾ ਪਰ ਆਪਣੇ ਇੱਧਰ ਦਾ ਕੋਈ ਗੱਲ ਹੀ ਨਹੀਂ ਹੋ ਰਹੀ ਕੋਈ ਗੱਲ ਹੀ ਨਹੀਂ ਹੋ ਰਹੀ ਹੁਣ ਦੇਖੋ ਇਹ ਕਹਿੰਦੇ ਸਿਰਫ ਡੀਐਮਸੀ 40 ਕੇ 50 ਬੈੱਡ ਰੱਖੇ ਹੋਇਆ ਰਿਜ਼ਰਵ 40 50 ਬੈੱਡਾਂ ਨਾਲ ਕੀ ਹੋ ਜੂਗਾ ਜੀ ਹਜ਼ਾਰਾਂ ਚ ਕੇਸ ਆ ਗਏ 34000 ਦੇ ਲਗਭਗ ਕੇਸ ਆ ਚੁੱਕੇ ਆ ਸਾਡੇ ਪੰਜਾਬ ਚ ਲਗਭਗ 318 ਮੌਤਾ ਹੋ ਚੁੱਕੇ ਇਸ ਮਹਾਮਾਰੀ ਕਰਕੇ ਤੇ 30 35 ਮੌਤਾ ਲੁਧਿਆਣੇ ਚ ਹੋ ਚੁੱਕੀਆਂ ਤੇ ਇਹ ਇਦਾਂ ਤਾਂ ਰਫ਼ਤਾਰ ਵੱਧ ਹੀ ਰਹੀ ਹੈ ਗ੍ਰਾਫ ਤਾਂ ਵੱਧ ਹੀ ਰਿਹਾ ਇਹ ਤਾਂ ਸਰਕਾਰ ਨੂੰ ਮੇਰੇ ਹਿਸਾਬ ਨਾਲ ਇੱਕ ਸincerely ਸੀਰੀਅਸਲੀ ਅਜਿਹੇ ਕਦਮ ਚੱਕਣਾ ਚਾਹੀਦਾ ਤੇ ਸਾਡੇ ਲੋਕਾਂ ਨੂੰ ਆਸ਼ਵਾਸਨ ਦੇਣਾ ਚਾਹੀਦਾ ਹੈ ਕਿ ਅਸੀਂ ਆ ਤਿਆਰੀ ਕਰ ਲਈ ਹੈ ਜੇ ਇਹਨਾਂ ਨੇ ਸਿੱਖਿਆ ਹੀ ਲੈਣੀ ਹੈ ਕੇਰਲਾ ਤੋਂ ਲੈ ਲੋ ਕੇਰਲਾ ਨੇ ਇੰਨੀ ਕੁ ਵਧੀਆ ਲੜਾਈ ਲੜ ਰਹੀ ਇਸ ਮਹਾਮਾਰੀ ਨਾਲ ਕੇਰਲਾ ਮਾਡਲ ਵਰਲਡ ਵਾਈਡ ਚ ਚਰਚਾ ਦਾ ਵਿਸ਼ਾ ਬਣ ਗਿਆ ਤੁਸੀਂ ਆਪਣੇ ਗਵਾਂਡੀ ਮੁਲਕ ਤੋਂ ਹੀ ਲੈ ਲੋ ਕੇਰਲਾ ਤੋਂ ਹੀ ਸਿੱਖ ਲੋ ਕਿ ਉਹ ਕਿਵੇਂ ਲੜ ਰਿਹਾ ਇਸ ਮਹਾਮਾਰੀ ਖਿਲਾਫ ਪ੍ਰੋਫੈਸਰ ਜੇ ਗੱਲ ਕੀਤੀ ਜਾਵੇ ਯੂਏਪੀਏ ਐਕਟ 'ਤੇ ਸੋਧ ਕੀਤੀ ਗਈ ਹੈ ਕੇਂਦਰ ਸਰਕਾਰ ਵੱਲੋਂ ਖੈਰਾ ਸਾਹਿਬ ਵੀ ਕਾਫੀ ਇਸ ਦਾ ਵਿਰੋਧ ਕਰ ਰਹੇ ਹੈ ਤੇ ਨੌਜਵਾਨો ਨੇ ਖੜੇ ਆ ਉਹ ਦਰਸ਼ਕਾਂ ਨੂੰ ਸਮਝਾਉ ਉਹ ਐਕਚੁਅਲੀ ਇੱਕ ਟੈਕ ਹੈ ਕਿ ਜਾਂ ਤੇ ਕੀ ਹੋਰੇ ਫੈਕਟ ਹੈ ਦੇਖੋ ਜਿਹੜਾ UAPA ਐਕਟ ਹੈ 2019 ਚ ਅਮੈਂਡ ਕੀਤਾ ਗਿਆ ਇਸ ਐਕਟ ਨੂੰ ਤੇ ਇਹਦੇ ਚ ਕਿਸੇ ਵੀ ਇੰਡੀਵਿਜੂਅਲ ਨੂੰ ਤੁਸੀਂ ਟੈਰਰਿਸਟ ਐਲਾਨ ਕਰ ਸਕਦੇ ਹੋ ਅ ਤੇ ਜਿਹੜਾ ਖੈਰਾ ਸਾਹਿਬ ਨੇ ਇੱਕ ਮੁਹਿੰਮ ਚਲਾਈ ਹੈ ਕਿ ਜਦੋਂ ਉਹਨਾਂ ਨੂੰ ਪਤਾ ਲੱਗਿਆ ਲੋਕਾਂ ਨੇ ਉਹਨਾਂ ਕੋਲ ਗਏ ਕਿ ਸਾਡੇ ਅੰਦਰ ਬੱਚਿਆਂ ਨੂੰ ਚੱਕਿਆ ਜਾ ਰਿਹਾ ਹੈ ਯੂਪੀਏ ਕਾਨੂੰਨ ਦੇ ਤਹਿਤ ਤੇ ਉਹਨਾਂ ਨੇ ਫਿਰ ਆਪ ਵਿਜ਼ਿਟ ਕੀਤਾ 6 ਪਿੰਡਾਂ ਚ ਉਹਨਾਂ ਨੇ ਵਿਜ਼ਿਟ ਕੀਤਾ ਜਿੱਥੇ ਉਹਨਾਂ ਨੇ ਲੋਕ ਕਚਹਿਰੀ ਲਗਾਈ ਤੇ ਉੱਥੇ ਜਿਹੜੇ ਆਲੇ-ਦੁਆਲੇ ਪਿੰਡਾਂ ਦੇ ਲੋਕ ਸੀਗੇ ਸਰਪੰਚ ਨੰਬਰਦਾਰ ਸਾਰਿਆਂ ਦਾ ਉਹਨਾਂ ਨੇ ਵੀਜ਼ ਲਾਈਵ ਵੀਡੀਓ ਦੇ ਵਿੱਚ ਲੇ ਤੇ ਸਾਰਿਆਂ ਨੇ ਬਿਆਨ ਦਿੱਤਾ ਕਿ ਜਿਹੜੇ ਨੌਜਵਾਨ ਨੇ ਬੇਕਸੂਰ ਨੇ ਇਹਨਾਂ ਦਾ ਕੋਈ ਕ੍ਰਿਮੀਨਲ ਕ੍ਰਿਮੀਨਲ ਰਿਕਾਰਡ ਹੀ ਨਹੀਂ ਹੈਗਾ 51 ਦਾ ਪਰਚਾ ਵੀ ਨਹੀਂ ਉਹਨਾਂ ਤੇ ਪਰ ਫਿਰ ਵੀ ਉਹਨਾਂ ਤੇ ਇਹ ਬੜਾ ਖਤਰਨਾਕ ਕਾਨੂੰਨ ਹੈ ਯੂਏਪੀਏ ਜਿਦੇ ਚ ਤੁਸੀਂ 6 ਮਹੀਨੇ ਤੱਕ ਬੇਲਿਵਿਨ ਨਹੀਂ ਅਪਲਾਈ ਕਰ ਸਕਦੇ ਤੇ ਇੱਕ ਜਿਹੜਾ ਇਹਦੇ ਚ 3 ਡਿਗਰੀ ਟੌਰਚਰ ਕੀਤਾ ਜਾਂਦਾ ਤੇ ਪਲੱਸ ਜਿਹੜਾ ਦਾਗ ਲੱਗ ਜਾਂਦਾ ਪਰਿਵਾਰ ਨੂੰ ਉਹ ਸਦਮੇ ਤੋਂ ਕਿਵੇਂ ਬਾਹਰ ਨਿਕਲੂਗਾ ਤੇ ਇਹਦੇ ਚ ਜਦੋਂ ਮੈਂ ਰਿਸਰਚ ਮੈਂ ਆਪ ਵੀ ਕੀਤੀ ਕਿ 2014 ਤੋਂ ਲੈ ਕੇ 2016 ਤੱਕ 2 ਸਾਲਾਂ ਚ ਐਨਸੀਆਰਪੀ ਦੀ ਰਿਪੋਰਟ ਹੈ ਕਿ ਜਿਹੜੇ ਯੂਆਪਾ ਕੇਸ ਦੇ ਵਿੱਚ ਫੜੇ ਸੀ ਅੰਨਾਂ ਦੇ ਬੰਦੇ 75% ਆਫਟਰ ਮਤਲਬ ਇਨਵੈਸਟੀਗੇਸ਼ਨ ਮਤਲਬ 75% ਵਰ ਇਨੋਸੈਂਟ ਮਤਲਬ ਇੱਕ ਵਾਰੀ ਤਾਂ ਉਹਨਾਂ ਦੀ ਜ਼ਿੰਦਗੀ ਬਰਬਾਦ ਹੋ ਗਈ ਨਾ ਹੁਣ ਇਹ ਇੱਕ ਦਹਿਸ਼ਤ ਦਾ ਮਾਹੌਲ ਪਤਾ ਨਹੀਂ ਇਹਦੇ ਪਿੱਛੇ ਪੋਲਿਟਿਸਾਈਜ਼ੇਸ਼ਨ ਹੈ ਵੋਟ ਬੈਂਕ ਪੋਲਿਟਿਕਸ ਆ ਵੀ ਡੋਨਟ ਨੋ ਇਹ ਤਾਂ ਜਾਂਚ ਦਾ ਵਿਸ਼ੇ ਹੈ ਪਰ ਇਹ ਜਿਹੜੇ ਨੌਜਵਾਨ ਚੱਕੇ ਜਾ ਰਹੇ ਬੇਕਸੂਰ ਹੈ ਜਿਵੇਂ ਉਹਨਾਂ ਦੀ ਬਿਆਨਬਾਜ਼ੀ ਪਿੰਡਾਂ ਵਾਲੇ ਲੋਕਾਂ ਦੀ ਆ ਰਹੀ ਹੈ ਤੇ ਇੱਕ ਸੰਗਰੂਰ ਹਲਕੇ ਦਾ ਨੌਜਵਾਨ ਸੀਗਾ ਲਖਪ੍ਰੀਤ ਸਿੰਘ ਜੀ ਤੇ ਉਹ ਦੇਖੋ ਉਹਨੂੰ ਇੰਨਾ ਸਦਮਾ ਲੱਗਾ ਇੰਨੀ ਸੈਟਬੈਕ ਲੱਗੀ ਉਹਨੇ ਖੁਦਕੁਸ਼ੀ ਕਰ ਲਈ ਸੁਸਾਈਡ ਕਰ ਲਈ ਕਾਰਨ ਕੀ ਹੈਗਾ ਕਿਹੜੇ ਕਿਹੜੇ ਜ਼ੁਲਮਾਂ ਹੇਠ ਇਹਨਾਂ ਨੂੰ ਅੰਦਰ ਜਿਹੜਾ ਚਾਰਜ ਕਰਦੇ ਕ੍ਰਿਮੀਨਲ ਕਰਦੇ ਆ ਜੀ ਦੇਖੋ ਦੇਖੋ ਇਹ ਤਾਂ ਹੁਣ ਇਹ ਸਰਕਾਰ ਆ ਹੀ ਦੱਸ ਸਕਦੀ ਆ ਨਾ ਤੇ ਉਹਦਾ ਜਦ ਕੋਈ ਕ੍ਰਿਮੀਨਲ ਰਿਕਾਰਡ ਹੀ ਨਹੀਂ ਹੈਗਾ ਇਹਨਾਂ ਨੌਜਵਾਨਾਂ ਨੇ ਕੋਈ ਐਦਾ ਦੀ ਐਕਟੀਵਿਟੀ ਨਹੀਂ ਕੀਤੀ ਜਿਹਦੇ ਨਾਲ ਸਾਡੇ ਦੇਸ਼ ਨੂੰ ਤੋੜਨ ਦੀਆਂ ਗੱਲਾਂ ਹੋਣ ਜਾਂ ਸਾਡੇ ਦੇਸ਼ ਤੇ ਇੱਕ ਥ੍ਰੈਟ ਬਣ ਰਹੇ ਹੋਣ ਐਦਾ ਦੀ ਤਾਂ ਕੋਈ ਐਕਟੀਵਿਟੀ ਹੈ ਹੀ ਨਹੀਂ ਜੇ ਜਿਹੜਾ ਬੰਦਾ ਆਤੰਗਵਾਦੀ ਹੁੰਦਾ ਉਹ ਪਹਿਲੀ ਗੱਲ ਜੇ NIA ਬੁਲਾ ਰਹੀ ਹੈ ਤੇ ਉਹ ਜਾਊਗੇ ਕਿਉਂ ਜੀ ਅਤਵਾਦੀ ਨੇ ਤਾਂ ਜਾਣੇ ਨਹੀਂ ਕਿਸੇ ਕੋ ਉਹਨੇ ਤਾਂ ਆਪਣਾ دہشت ਦਾ ਮਾਹੌਲ ਬਣਾਣਾ ਨਾਲੇ ਸਾਡੇ ਜਿਹੜੇ ਯੂਨਾਈਟਿਡ ਨੇਸ਼ਨਸ ਨੇ ਨਾ 2006 ਚ ਉਹਨਾਂ ਨੇ ਇੱਕ ਲਾ ਬਣਾਇਆ ਸੀ ਉਹਨਾਂ ਨੇ ਦੱਸਿਆ ਸੀ ਕਿ ਜਿਹੜੇ ਜਿੰਨੂੰ ਤੁਸੀਂ ਟੈਰਰਿਸਟ ਐਲਾਨ ਕਰਨਾ ਨਾ ਉਹਦੇ ਤਿੰਨ ਮੇਨ ਐਲੀਮੈਂਟਸ ਹੋਣੇ ਚਾਹੀਦੇ ਆ ਪਹਿਲਾ ਐਲੀਮੈਂਟ ਹੈਗਾ ਕਿ ਉਹਦੇ ਕੋਈ ਕੋਈ ਡੈਡਲੀ ਮੀਨਸ ਤਾਂ ਨਹੀਂ ਹੈਗੇ ਕੋਈ ਹਥਿਆਰ ਜਾਂ ਕੋਈ ਡੈਡਲੀ ਜਾਂ ਦੂਜਾ ਉਹ ਸੋਸਾਇਟੀਲੀ ਥ੍ਰੈਟ ਤਾਂ ਨਹੀਂ ਬਣ ਰਿਹਾ ਤੀਜਾ ਜੇ ਉਹ ਕਿਸੇ ਗਵਰਨਮੈਂਟ ਐਕਟੀਵਿਟੀਜ਼ ਨੂੰ ਰੋਕ ਰਿਹਾ ਹੋਵੇ ਡਰਾ ਰਿਹਾ ਹੋਵੇ ਆ ਤਿੰਨ ਇਹ ਤਿੰਨ ਐਕਟੀਵਿਟੀਜ਼ ਤਾਂ ਕਿਸੇ ਵੀ ਜਿਹੜੇ ਨੌਜਵਾਨਾਂ ਦਾ ਜਿਹੜਾ ਖੈਰਾ ਸਾਹਬ ਨੇ ਘਰ-ਘਰ ਜਾ ਕੇ ਆਵਾਜ਼ ਚੱਕਿਆ ਕਿਸੇ 'ਚ ਵੀ ਨਹੀਂ ਨਜ਼ਰ ਆ ਰਹੀ ਪ੍ਰੋਫੈਸਰ ਇਕਨਾ ਮੰਡਿਆਣੀ ਪਿੰਡ ਵਿੱਚ ਨੌਜਵਾਨ ਨੇ ਰਮਨਦੀਪ ਬਿੱਟੂ ਦਾ ਤੋੜਿਆ ਸੀਗਾ ਉਹ ਉਹ ਕਹਿੰਦੀ ਪੱਥਰ ਤੋੜਿਆ ਸੀਗਾ ਉਸਨੇ ਕਿਹਾ ਸੀ ਰਮਨਦੀਪ ਬਿੱਟੂ ਖਾਲਸਾਣ ਦੇ ਅਗੇਂਸਟ ਆ ਤੇ ਮੈਂ ਨਹੀਂ ਪੱਥਰ ਤੋੜਿਆ ਵਾ ਪਰ ਉਸ ਨੌਜਵਾਨ ਨੂੰ ਮਾਫੀ ਦਿੱਤੀ ਗਈ ਆ ਉਹਦੇ ਤੇ ਕੋਈ ਅਜਿਹੇ ਐਕਟ ਨਹੀਂ ਲਾਇਆ ਗਿਆ ਜੋ ਕੋਈ ਚਾਰਜ ਨਹੀਂ ਕੀਤਾ ਦੇਖੋ ਦੇਖੋ ਜਿਹੜਾ ਯੂਏਪੀਏ ਆ ਨਾ ਪਹਿਲੀ ਗੱਲ ਇਹ ਇੱਕ ਥ੍ਰੈਟ ਬਣ ਗਿਆ ਰਾਈਟ ਟੂ ਸਪੀਚ ਰਾਈਟ ਟੂ ਐਕਸਪ੍ਰੈਸ਼ਨ ਤੇ ਰਾਈਟ ਟੂ ਡਿਗਨਿਟੀ ਮਤਲਬ ਇਨ आवर ਕਨਸਟੀਟਿਊਸ਼ਨ ਸਾਨੂੰ ਇੱਕ ਰਾਈਟ ਮਿਲੇ ਹੋਇਆ ਕਿ ਅਸੀਂ ਆਪਣੇ ਵਿਊਜ਼ ਐਕਸਪ੍ਰੈਸ ਕਰ ਸਕਦੇ ਹਾਂ ਹਾਂ ਆਪਾਂ ਪਰ ਕੋਈ ਐਕਟੀਵਿਟੀ ਨਾ ਉਦਾਂ ਦੀ ਕਰੀਏ ਜਿਸ ਦੇ ਨਾਲ ਆਪਾਂ ਦੇਸ਼ ਤੋੜਨ ਨਾਲ ਮਤਲਬ ਦੇਸ਼ ਦਾ ਨੁਕਸਾਨ ਹੋਵੇ ਪਰ ਇਹ ਜੇ ਤੁਸੀਂ ਆਪਣੀ ਰਾਈਟ ਟੂ ਐਕਸਪ੍ਰੈਸ਼ਨ ਨਾਲ ਚੱਲ ਰਹੇ ਰਾਈਟ ਟੂ ਸਪੀਚ ਨਾਲ ਚੱਲ ਰਹੇ ਤਾਂ ਉਹਦੀ ਕੋਈ ਗੁਨਾਹ ਤਾਂ ਨਹੀਂ ਹੈ ਨਾ ਇਹਦੇ ਵਿੱਚ ਤੁਸੀਂ ਥੋਪ ਨਹੀਂ ਸਕਦੇ ਕਿ ਯਾਰ ਤੂੰ ਗਲਤ ਹੈ ਜੀ ਹਰ ਬੰਦੇ ਦਾ ਆਪਣਾ ਰਾਈਟ ਆ ਵੀ ਆ ਲਿਵਿੰਗ ਇਨ ਅ ਡੈਮੋਕਰੈਟਿਕ ਕੰਟਰੀ ਤੇ ਇਹਦੇ ਚ ਮੈਨੂੰ ਨਹੀਂ ਲੱਗਦਾ ਕੋਈ ਗਲਤ ਹੈ ਪਰ ਅਸੀਂ ਹਮਾਇਤ ਨਹੀਂ ਕਰ ਰਹੇ ਨਾ ਇੱਥੇ ਕਿੱਥੇ ਤੁਸੀਂ ਦੇਖੋਗੇ ਕੋਈ ਰੀਫਰੈਂਡਮ 2020 ਦੀ ਪੂਰੇ ਪੰਜਾਬ ਪਰ ਚ ਕਿੱਥੇ ਕੋਈ ਗੱਲ ਨਹੀਂ ਹੋ ਰਹੀ ਗਰਾਊਂਡ ਲੈਵਲ ਤੇ ਜੀ ਕੋਈ ਮਤੇ ਤੇ ਚਰਚਾ ਨਹੀਂ ਹੋ ਰਹੀ ਇਹ ਸਿਰਫ ਤੱਕੇਸ਼ਾਈ ਚਰਚਾ ਦਾ ਵਿਸ਼ਾ ਸਾਡੇ ਪੰਜਾਬ ਚ ਬਣਾ ਰਿਆ ਜਾ ਰਿਹਾ ਇਹਦੇ ਪਿੱਛੇ ਮੈਨੂੰ ਲੱਗਦਾ ਵੋਟ ਬੈਂਕ ਪੋਲਿਟਿਕਸ ਚੱਲ ਰਹੀ ਹੈ ਪ੍ਰੋਫੈਸਰ ਜਿਵੇਂ ਮਾਨਸਾਹ ਦੇ ਵੀ ਇਹ ਯੂਪੀਏ ਜਿਹੜਾ ਐਕਟ ਆ ਇਹਦੇ ਨਾਲ ਨੌਜਵਾਨਾਂ ਨੂੰ ਖਤਰਾ ਵਾ ਨੌਜਵਾਨਾਂ ਨੂੰ ਬਰਬਾਦ ਕਰਨ ਦਾ ਇੱਕ ਢੰਗ ਤਰੀਕਾ ਸਰਕਾਰ ਨੇ ਲੱਭ ਲਿਆ ਮੰਨਣਯੋਗ ਆ ਕਿਤਨਾ ਕਿਤੇ ਟੇਢੇ ਢੰਗ ਨਾਲ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਹੋਏ ਸੁਖਪਾਲ ਸਿੰਘ ਖੈਰਾ ਵੀ ਰੈਫਰੈਂਡਮ 2020 ਦੀ ਹਾਮੀ ਭਰ ਚੁੱਕੇ ਆ ਤੁਹਾਨੂੰ ਨਹੀਂ ਲੱਗਦਾ ਸੁਖਪਾਲ ਸਿੰਘ ਖੈਰਾ ਨੂੰ ਨੌਜਵਾਨ ਫੋਲੋ ਕਰਦੇ ਆ ਇੱਕ ਸਮਝ ਦੀ ਘਟਨਾ ਹੋਣ ਕਰ ਨੌਜਵਾਨ ਉਸ ਚੀਜ਼ ਵੱਲ ਜਵਾਦ ਰਿਹਾ ਵੀ ਹਾਂ ਸਿਰ ਫੈਂਡਮ 2020 ਨੂੰ ਸਮਰਥਨ ਕਰ ਇੰਦਰਪਾਲ ਜੀ ਪਹਿਲੇ ਮੈਨੂੰ ਇਸ ਚੀਜ਼ ਦੀ ਕਲੈਰਿਟੀ ਕਰੋ ਕਿੱਥੇ ਉਹਨਾਂ ਨੇ ਹਾਮੀ ਭਰੀ ਤੁਸੀਂ ਚੈੱਕ ਕਰ ਲਓ ਨਹੀਂ 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 ਉਹਨਾਂ ਨੇ ਨਹੀਂ ਇਹ ਇਹ ਨਹੀਂ 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 ਤੁਸੀਂ ਪਲੀਜ਼ ਨਹੀਂ ਨਹੀਂ ਨਾ ਗੱਲ ਗੱਲ ਇਹ ਨਹੀਂ ਮੈਂ ਕਹਿੰਦਾ ਇਨਡਾਇਰੈਕਟਲੀ ਵੀ ਤੁਸੀਂ ਹਾਮੀ ਭਰੀ ਨਾ ਨਾ ਨਹੀਂ ਨਹੀਂ ਉਹਨਾਂ ਪੰਜਾਬ ਦੇ ਹੱਕਾਂ ਲਈ ਤਾਂ ਗੱਲ ਅਸੀਂ ਕਰਾਂਗੇ ਕਰਦੇ ਰਵਾਂਗੇ ਦੇਖੋ ਜਿਹੜੇ ਪੰਜਾਬ ਦੇ ਹੱਕ ਹਕੂਕ ਦੀ ਲੁੱਟ ਹੋ ਰਹੀ ਹੈ ਪੰਜਾਬ ਨਾਲ ਵਿਤਕਰਾਰ ਹੋ ਰਿਹਾ ਹੈ ਪੰਜਾਬ ਦੇ ਪਾਣੀਆਂ ਨੂੰ ਲੁੱਟਿਆ ਜਾ ਰਿਹਾ ਪੰਜਾਬ ਦੀ ਜਿਹੜੀ ਮਾਂ ਬੋਲੀ ਆ ਉਹਦਾ ਕਹਾਣ ਕੀਤਾ ਜਾ ਰਿਹਾ ਆਪਾਂ ਉਹਦੀ ਹੱਕ ਆਕਸਨ ਬਣਾ ਲਿਓ ਸੀਨ ਨੂੰ ਦੇਖ ਕੇ ਆਪਾਂ ਆਪਾਂ ਇੱਕ ਇਹ ਗੱਲ ਕਦੋਂ ਕਰ ਰਹੇ ਆ ਕੋਈ ਗੱਲ ਕਰਦੇ ਹਾਂ ਹੱਕ ਦੀ ਗੱਲ ਕਰਦੇ ਆ ਜੇ ਜੇ ਹਰਿਆਣਾ ਦੇ ਲੋਕ ਹਰਿਆਣਾ ਦੀ ਗੱਲ ਕਰਨਗੇ ਉਹ ਕੀ ਕਹਿਣਗੇ ਸਾਡਾ ਮੁਲਕ ਅੱਡ ਕਰ ਦੋ ਜੇ ਕੇਰਲਾ ਦੇ ਲੋਕ ਕੇਰਲਾ ਦੀ ਗੱਲ ਕਰਨਗੇ ਕੀ ਕਹਿਣਗੇ ਸਾਡਾ ਮੁਲਕ ਬਣਾ ਦੋ ਇਹ ਨਹੀਂ ਇਹ ਇਹ ਜਿਹੜੇ ਸਵਾਲ ਨੇ ਨਾ ਨਹੀਂ ਮੇਰੀ ਗੱਲ ਸੁਣਾ ਮੈਨੂੰ ਪਹਿਲੇ ਪਹਿਨ ਜਵਾਬ ਦੇ ਲੈੰਦੋ ਪਹਿਲੀ ਗੱਲ ਉਹਨਾਂ ਨੇ ਕਿੱਥੇ ਵੀ ਇੱਕ ਵੀ ਜਗ੍ਹਾ ਤੇ ਹਾਮੀ ਨਹੀਂ ਭਰੀ ਇਹ ਕਲੈਰਿਟੀ ਤੇ ਲੋਕਾਂ ਦੇ ਅੱਗੇ ਗਲਤ ਇਮੇਜ ਉਹ ਪ੍ਰੋਜੈਕਸ਼ਨ ਨਾ ਕਰੋ ਤੁਸੀਂ ਮੈਂ ਕਹਿੰਦਾ ਤੁਸੀਂ ਚਲਾਇਓ ਉਹ ਮੈਂ ਇਹ ਕਹਿ ਰਿਹਾ ਤੁਸੀਂ ਵੀਡੀਓ ਚਲਾਓ ਬਿਲਕੁਲ ਤੁਹਾਡਾ ਰਾਈਟ ਹੈ ਕੈਮਰੇ ਦੇ ਅੱਗੇ ਹਰ ਚੀਜ਼ ਸੱਚ ਦਾ ਸੱਚ ਸਾਹਮਣੇ ਆਣਾ ਚਾਹੀਦਾ ਮੈਂ ਕਹਿੰਦਾ ਤੁਸੀਂ ਸਰ ਬਿਲਕੁਲ ਮੈਂ ਦਿਖਾਓ ਵੀਡੀਓ ਇਸ ਤੋਂ ਇਲਾਵਾ ਜਿਹੜੀਆਂ ਹੋਰ ਬੇਨਿਆਂੀਆਂ ਹੋਈਆਂ ਜਿੱਦਾਂ ਬਲੈਕਲਿਸਟ ਕਰਤਾ ਹਜ਼ਾਰਾਂ ਸਿੱਖਾਂ ਨੂੰ ਅੱਜ ਸਾਰੇ ਵਰਲਡ ਓਵਰ ਇੱਕ ਕਾਲੀ ਸੂਚੀ ਬਣਾਤੀ ਤੇ ਉਹਨਾਂ ਨੂੰ ਆਪਣੇ ਹੀ ਦੇਸ਼ ਆਉਣ ਤੋਂ ਮਨਾ ਕਰ ਦਿੱਤਾ ਫੌਜ ਵਿੱਚ ਸਾਡੀ ਭਰਤੀ ਬੰਦ ਕਰ ਦਿੱਤੀ ਆਦ ਬਹੁਤ ਸਾਰੇ ਇਸ ਤਰ੍ਹਾਂ ਦੇ ਵਿਤਕਰੇ ਨੇ ਜਿਹਦੇ ਕਰਕੇ ਅੱਜ ਅੱਜ ਦੇਸ਼ ਵਿੱਚ ਬੈਠੇ ਸਿੱਖ ਤੇ ਪੰਜਾਬੀ ਜਿਹੜੇ ਨੇ ਉਹ ਕਿਤੇ ਨਾ ਕਿਤੇ ਇਸ ਦਾ ਇਹ ਇਹਨਾਂ ਜ਼ਖਮਾਂ ਦਾ ਦੁੱਖ ਤੇ ਦਰਦ ਮਹਿਸੂਸ ਕਰਦੇ ਆਂ ਔਰ ਇਸ ਕਰਕੇ ਇਹ ਜਿਹੜੇ 2020 ਰੈਫਰੈਂਡਮ ਦੀ ਆਵਾਜ਼ ਉੱਠੀ ਆ ਔਰ ਉੱਠੀ ਵੀ ਕਿੱਥੇ ਆ ਅਮਰੀਕਾ ਵਿੱਚ ਉੱਠ ਰਹੀ ਆ ਕੈਨੇਡਾ ਵਿੱਚ ਉੱਠ ਰਹੀ ਆ ਜਿਹੜੇ ਜਿਹੜੇ ਆਜ਼ਾਦ ਮੁਲਕ ਨੇ ਜਿੱਥੇ ਫਰੀडम ਟੂ ਐਕਸਪ੍ਰੈਸ਼ਨ ਐਂਡ ਸਪੀਚ ਕੰਪਲੀਟ ਹੈਗੀ ਆ ਉੱਥੇ ਉਹ ਲੋਕ ਉਠਾ ਰਹੇ ਨੇ ਤੇ ਕੀ ਤੁਹਾਨੂੰ ਲੱਗਦਾ ਨਹੀਂਗਾ ਕਿ ਜਿਹੜਾ ਇੱਕ ਲੰਬੀ ਦਾਸਤਾਨ ਵਿਤਕਰੇ ਦੀ ਸਿੱਖਾਂ ਦੇ ਨਾਲ ਹੋਈ ਕੀ ਉਹਦਾ ਨਤੀਜਾ ਨਹੀਂ ਗਾ ਉਹ ਲੋਕੀ ਜੱਜ ਕਰਨਗੇ ਨਾ ਪਰ ਤੁਸੀਂ ਨਾ ਇਹ 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 ਪ੍ਰੋਜੈਕਟ ਕਰੋ ਕਿ ਖੈਰਾ ਸਾਹਿਬ ਨੇ ਹਮਾਇਤ ਕੀਤੀ ਨਹੀਂ ਸਿੱਧਾ ਨਹੀਂ ਕੀਤੀ ਸਿੱਧਾ ਹਮਾਇਤ ਨਹੀਂ ਕੀਤੀ ਭਾਜੀ ਗੱਲ ਸਿੱਧੇ ਆ ਸਿੱਧੇ ਦੀ ਨਹੀਂ ਹੁੰਦੀ ਗੱਲ ਹੁੰਦੀ ਆ ਪੰਜਾਬ ਦੇ ਹੱਕਾਂ ਦੀ ਜੇ ਪੰਜਾਬ ਦੇ ਹੱਕ ਦੀ ਅਸੀਂ ਆਵਾਜ਼ ਕਰ ਰਹੇ ਕਿ ਗੁਨਾਹ ਕਰ ਰਹੇ ਨਹੀਂ ਬਿਲਕੁਲ ਜੇ ਪੰਜਾਬ ਦੇ ਕਿਸਾਨਾਂ ਦੀ ਗੱਲ ਕਰ ਰਹੇ ਗੁਨਾਹ ਕਰ ਰਹੇ ਜੇ ਪੰਜਾਬ ਦੇ ਨੌਜਵਾਨਾਂ ਨਾਲ ਧੱਕਾ ਹੋ ਰਿਹਾ ਪੰਜਾਬ ਦੇ ਨੌਜਵਾਨਾਂ ਨੂੰ ਚੱਕਿਆ ਜਾ ਰਿਹਾ ਗਲਤ ਬੇਕਸੂਰ ਨੌਜਵਾਨਾਂ ਤੇ ਪਰਚੇ ਪਾਏ ਜਾ ਰਿਹਾ ਕਿ ਅਸੀਂ ਉਹਦੀ ਗੱਲ ਕਰ ਰਹੇ ਗਲਤ ਕਰ ਰਹੇ ਦੇਖੋ ਮੈਂ ਕਹਿੰਦਾ ਸਰ ਜਿਹੜੇ ਕਾਂਗਰਸ ਦੇ ਸੀਨੀਅਰ ਲੀਡਰਸ ਨੇ ਜੀ ਚਦੰਬਰਮ ਸਾਹਿਬ ਉਹਨਾਂ ਨੇ ਬਿਆਨ ਦਿੱਤਾ ਹੈ ਕਿ ਇਹ ਜਿਹੜਾ ਕਾਨੂੰਨ ਹੈ ਕਾਲਾ ਕਾਨੂੰਨ ਹੈ ਜੀ ਇਹ ਗਲਤ ਤਰੀਕੇ ਨਾਲ ਮਿਸਯੂਜ਼ ਕੀਤਾ ਜਾਊਗਾ ਇਹ ਇਹ ਇਨੋਸੈਂਟ ਲੋਕਾਂ ਨੂੰ ਫੜਿਆ ਜਾਊਗਾ ਡਰਾਇਆ ਜਾਊਗਾ ਇਹ ਤਾਂ ਚਦੰਬਰਮ ਸਾਹਿਬ ਨੇ ਕਿਹਾ ਅਕਬਲ ਸਿੱਧਵਲ ਸਾਹਿਬ ਨੇ ਕਿਹਾ ਇਹ ਤਾਂ ਕਾਂਗਰਸ ਦੇ ਨੇ ਨਾ ਹੁਣ ਇਹ ਤਾਂ ਨਹੀਂ ਕਹਿ ਦੋਗੇ ਕਿ ਉਹ ਵੀ ਖਾਲਿਸਤਾਨ ਸਮਰਥਕ ਨੇ ਨਹੀਂ ਮੈਂ ਇਹ ਗੱਲ ਨਹੀਂ ਕਰਦਾ ਨਹੀਂ ਮੈਂ ਇਹ ਗੱਲ ਕਰਦਾ ਕਿ ਦੇਖੋ ਜੇ ਆਪਾਂ ਪੰਜਾਬ 'ਚ ਰਹਿ ਕੇ ਪੰਜਾਬ ਦੇ ਜਿਹੜੇ ਬੇਕਸੂਰ ਨੌਜਵਾਨਾਂ ਨੂੰ ਚੱਕਿਆ ਜਾ ਰਿਹਾ ਪੰਜਾਬ ਦੇ ਕਿਸਾਨ ਜਿਹੜੇ ਫਹਾ ਲਾ ਰਿਹਾ ਜਾਂ ਪੰਜਾਬ ਦੇ ਪਾਣੀ ਦੀ ਲੁੱਟ ਹੋ ਰਹੀ ਹੈ ਜੇ ਆਪਾਂ ਪੰਜਾਬ ਦੀ ਲੀਡਰਸ਼ਿਪ ਉਹਦੀ ਆਵਾਜ਼ ਨਹੀਂ ਚੱਕੂਗੀ ਤਾਂ ਬਾਦ ਦੇ ਸੂਬਿਆਂ ਦੇ ਲੀਡਰ ਨੇ ਆ ਕੇ ਆਵਾਜ਼ ਨਹੀਂ ਚੱਕਣੀ ਤੇ ਅਸੀਂ ਪੰਜਾਬ ਵੀ ਆਰ ਲਿਵਿੰਗ ਇਨ ਅ ਗੁੱਡ ਕੰਟਰੀ ਆਪਾਂ ਇਹ ਕਹਿੰਦੇ ਅਸੀਂ ਤਾਂ ਪਾਰਟ ਆਇਹ ਤਾਂ ਜਿਹੜਾ ਭਾਰਤ ਆ ਅਸੀਂ ਉਸ ਚੀਜ਼ ਦਾ ਪਾਰਟ ਆ ਪੰਜਾਬ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਜੇ ਸਾਡਾ ਦੇਸ਼ ਆਜ਼ਾਦ ਹੋਇਆ ਨਾ ਤੇ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਦੀਆਂ 90% ਲੋਕਾਂ ਨੇ ਕੁਰਬਾਨੀਆਂ ਦਿੱਤੀ ਇਸ ਦੇਸ਼ ਨੂੰ ਆਜ਼ਾਦ ਕਰਾਉਣ ਦੇ ਤੇ ਫਿਰ ਕਿੱਥੋਂ ਅਸੀਂ ਕਿਵੇਂ ਕਰ ਲਾਂਗੇ ਗੱਲ ਉਹ ਜੀ ਨਹੀਂ ਕਹਿੰਦਾ ਵੀ ਜੇ ਯੂਪੀਏ ਐਕਟ ਜਿਹੜਾ ਮਾਰਾ ਹੈਗਾ ਵਾ ਉਸ ਵਾਸਤੇ ਸਾਨੂੰ ਆਵਾਜ਼ ਚੁੱਕਣ ਸਾਨੂੰ ਪੂਰਾ ਅਧਿਕਾਰ ਹੈ ਸਾਨੂੰ ਨੌਜਵਾਨਾਂ ਨੂੰ ਅਵੇਅਰ ਵੀ ਕਰਨਾ ਚਾਹੀਦਾ ਜਿਹੜੀ ਲਹਿਰ ਪੰਨੂ ਵਰਗੇ ਲੋਕ ਉਥੋਂ ਬਹਿ ਕੇ ਪੰਜਾਬ ਦੇ ਨੌਜਵਾਨਾਂ ਨੂੰ ਉਹ ਵੀ ਖਰਾਬ ਕਰ ਰਹੇ ਨੇ ਉਹਦੇ ਬਾਰੇ ਸਾਨੂੰ ਨੌਜਵਾਨਾਂ ਨੂੰ ਜਾਗਣਾ ਮੈਂ ਤੁਹਾਨੂੰ ਪਹਿਲੇ ਹੀ ਕਿਹਾ ਤੁਸੀਂ ਲਹਿਰ ਦੀ ਗੱਲ ਕੀਤੀ ਕਿੱਥੇ ਹੈ ਮੈਂ ਤੁਹਾਨੂੰ ਕਹਿੰਦਾ ਤੁਸੀਂ ਗਰਾਊਂਡ ਸਰਵੇ ਤਾਂ ਕਰੋ ਪਿੰਡਾਂ 'ਚ ਜਾ ਕੇ ਤਾਂ ਦੇਖੋ ਤੁਹਾਨੂੰ ਕਿੱਥੇ ਨਜ਼ਰ ਆ ਰਿਹਾ ਤੁਹਾਨੂੰ ਕਿੱਥੇ ਨਜ਼ਰ ਆ ਰਿਹਾ ਕਿਤੇ ਗੱਲ ਨਹੀਂ ਕਰਦੇ ਉਸ ਚੀਜ਼ ਦੀ ਵੀ ਨਹੀਂ ਆ ਰਿਹਾ ਇੱਧਰ ਨਹੀਂ ਜਾ ਮੇਰੀ ਗੱਲ ਨਹੀਂ ਕਰਨੀ ਚਾਹੀਦੀ ਉਸ ਨਹੀਂ ਗੱਲ ਕਰ ਹੀ ਨਹੀਂ ਰਿਹਾ ਆਪਾਂ ਗੱਲ ਕਿੱਥੇ ਕਰ ਰਿਹਾ ਆਪਾਂ ਗੱਲ ਕਰ ਰਹੇ ਆ ਕਿ ਜਿਹੜੇ ਬੇਕਸੂਰ ਨੌਜਵਾਨਾਂ ਨੂੰ ਚੱਕਿਆ ਜਾ ਰਿਹਾ ਉਹਨਾਂ ਨੂੰ ਬਚਾਉਣ ਦੀ ਗੱਲ ਕਰ ਰਹੇ ਆ ਤੇ ਉਹ ਗੁਨਾਹ ਥੋੜੀ ਆ ਉਹ ਤਾਂ ਅਸੀਂ ਕਰਾਂਗੇ ਗੱਲ ਜੇ ਕੋਈ ਵੀ ਜੇ ਕੱਲ ਨੂੰ ਤੁਹਾਡੇ ਤੇ ਵੀ ਕੋਈ ਗਲਤ ਪਰਚਾ ਪੈਂਦਾ ਤਾਂ ਇਹ ਤੁਹਾਡੇ ਨਾਲ ਖੜਾਂਗੇ ਜੀ ਇਹ ਤਾਂ ਗੱਲ ਹੈਗਾ ਕਿਸੇ નિર્ਦੋਸ਼ ਕਿਸੇ ਬੇਕਸੂਰ ਬੰਦੇ ਨੂੰ ਨਾ ਫੜਿਆ ਜਾਏ ਹੁਣ ਜਿਹੜਾ ਲਪ੍ਰਿਤ ਆ ਜਿਨੇ ਆਤਮ ਹਤਿਆ ਕਰ ਲਈ ਖੁਦਕੁਸ਼ੀ ਕਰ ਲਈ ਤੁਸੀਂ ਉਹਦਾ ਇੱਕ ਵਾਰੀ ਕੇਸਟਾ ਸਟਡੀ ਕਰੋ ਕਿ ਕੀ ਕੀ ਕਾਰਨ ਬਣ ਗਏ ਕਿ ਉਹਨੂੰ ਖੁਦਕੁਸ਼ੀ ਕਰਨੀ ਪੈਗੀ 3 ਡਿਗਰੀ ਟੌਰਚਰ ਕੀਤਾ ਗਿਆ ਉਹਨੂੰ ਡਰਾਇਆ ਗਿਆ ਉਹਨੂੰ ਧਮਕਾਇਆ ਗਿਆ ਜੀ ਵਿਦਆਊਟ ਐਨੀ ਰੀਜ਼ਨ ਜੀ ਤੇ ਇਹ ਕਿਉਂ ਹੈ ਜੋ ਤੰਬਰਾਂ ਸਾਹਮਣੇ ਕਿਹਾ ਪੋਟਾ ਪੋਟਾ ਬੜਿਆ ਸੀ ਪਹਿਲਾਂ ਤੇ ਉਹਦੇ ਅਧੀਨ ਜਿਹੜੇ ਕੇਸ ਹਨ ਨੇ ਹਜ਼ਾਰਾਂ ਦੇ ਕੇਸ ਹਨ ਨੇ ਮਤਲਬ ਨੌਜਵਾਨਾਂ ਤੇ ਜਾਂ ਲੋਕਾਂ ਤੇ ਲਗਾਏ ਸੀ ਤੇ ਉਸ ਤੋਂ ਬਾਅਦ 99% ਕੇਸ ਵਰ ਇਨੋਸੈਂਟ ਉਸ ਤੋਂ ਬਾਅਦ ਛਾਣਬੀਨ ਤੋਂ ਬਾਅਦ ਇਹ ਤਾਂ ਇਹ ਤਾਂ ਜਿਹੜੇ ਲॉज ਨੇ ਨਾ ਆਪਾਂ ਕਹਿੰਨੇ ਆ ਕਿ ਆਤੰਗਵਾਦੀ ਨਹੀਂ ਹੋਣੇ ਚਾਹੀਦੇ ਆ ਖਤਮ ਹੋਣੇ ਚਾਹੀਦਾ ਖਾਤਮਾ ਹੋਣਾ ਚਾਹੀਦਾ ਆਤੰਗਵਾਦੀ ਦੇ ਖਿਲਾਫ ਸਭ ਤੋਂ ਵੱਧ ਜੇ ਲੜਾਈ ਲੜੀਆ ਤੇ ਸਾਡੇ ਪੰਜਾਬੀਆਂ ਨੇ ਲੜੀਆ ਤੇ ਲੜਦੇ ਰਵਾਂਗੇ ਤੇ ਪਰ ਗੱਲ ਇਹ ਹੈ ਨਾ ਕਿ ਫਿਰ ਤੋਂ ਤੁਸੀਂ ਉਹਦੀ ਆੜ ਚ ਕਿਸੇ ਬੇਕਸੂਰ ਨੂੰ ਨਾ ਫੜੋ ਬਿਲਕੁਲ ਬਿਲਕੁਲ ਅਸੀਂ ਤੁਹਾਡੀ ਮੈਂ ਇੱਕ ਮਾਰਟਨ ਲੂਥਰ ਕਿੰਗ ਦੀ ਕੋਟੇਸ਼ਨ ਹੈ ਕਹਿੰਦੇ ਇਨ ਜਸਟਿਸ ਸਮਵੇਅਰ ਇਸ ਥ੍ਰੈਟ ਟੂ ਜਸਟਿਸ 에ਵਰੀਵੇਅਰ ਇਹ ਤਾਂ ਜੇ ਆਪਾਂ ਇੱਕ ਕਿਸੇ ਬੇਕਸੂਰ ਨਿਰਦੋਸ਼ ਨੂੰ ਜੇ ਆਪਾਂ ਸਜ਼ਾ ਦੇ ਦਿੰਦੇ ਨਾ ਤਾਂ ਇੱਕ ਥ੍ਰੈਟ ਬਣ ਜਾਣਾ ਸਾਰੇ ਪੰਜਾਬ ਵਾਸਤੇ ਕਿ ਕਿਸੇ ਨੂੰ ਵੀ ਕਾਨੂੰਨ ਇਦਾਂ ਬੇਇਨਸਾਫੀ ਦਾ ਪ੍ਰੇਟੈਂਡ ਬਣਾਇਆ ਜਾ ਸਕਦਾ ਤੇ ਇਸ ਕਰਕੇ ਇਹ ਸਾਰੇ ਪੰਜਾਬੀਆਂ ਨੂੰ ਸਗੋਂ ਸਾਥ ਦੇਣਾ ਚਾਹੀਦਾ ਅਸੀਂ ਤਾਂ ਬੇਇਨਸਾਫੀ ਦੇ ਖਿਲਾਫ ਲੜਾਈ ਲੜ ਰਹੇ ਹਾਂ ਤੇ ਲੜਾਂਗੇ ਅਕਾਲ ਤੱਕ ਜੱਤਦਾ ਸਾਹਿਬ ਨੂੰ ਕੱਲ ਖੈਰਾ ਸਾਹਿਬ ਦੇਖਿਆ ਮਮ ਬਰੇਡਮ ਉਹਨਾਂ ਨੇ ਵੀ ਮੰਨਿਆ ਕਿ ਜਿਹੜਾ ਕਾਨੂੰਨ ਹੈ ਗਲਤ ਕੀਤਾ ਜਾ ਰਿਹਾ ਸਾਡੇ ਨੌਜਵਾਨਾਂ ਦੇ ਵਿੱਚ ਇੱਕ ਦਹਿਸ਼ਤ ਦਾ ਮਾਹੌਲ ਬਣਾਇਆ ਜਾ ਰਿਹਾ ਜਿਹੜਾ ਸਾਡਾ ਰਾਈਟ ਟੂ ਸਪੀਚ ਰਾਈਟ ਟੂ ਐਕਸਪ੍ਰੈਸ਼ਨ ਉਹਦੇ ਤੇ ਥ੍ਰੈਟ ਬਣਾਇਆ ਜਾ ਰਿਹਾ ਤੇ ਇਸ ਚੀਜ਼ ਨੂੰ ਐਸ ਵੇਲੇ ਰੋਕਣ ਦੀ ਲੋੜ ਹੈ ਕਾਂਗਰਸ ਵੀ ਇਹਦਾ ਵਿਰੋਧ ਕਰ ਰਹੀ ਹੈ ਨੈਸ਼ਨਲ ਲੈਵਲ ਦੀ ਲੀਡਰਸ਼ਿਪ ਕਾਂਗਰਸ ਵੀ ਇਹਦਾ ਵਿਰੋਧ ਕਰ ਰਹੀ ਹੈ ਲੋਕ ਸਭਾ ਚ ਉਹਨਾਂ ਨੇ ਬਿਆਨ ਦਿੱਤਾ ਰਾਜ ਸਭਾ ਚ ਬਿਆਨ ਦਿੱਤਾ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਆ ਉਹ ਵੀ ਵਿਰੋਧ ਕਰ ਰਿਹਾ ਕਪਟਨ ਸਿੱਬਲ ਚ ਤੇ ਖੈਰਾ ਸਾਹਿਬ ਨੂੰ ਵਿਸ਼ਵਾਸ ਹੈ ਵੀ ਜਥੇਦਾਰ ਸਾਹਿਬ ਉਹਨਾਂ ਦੀ ਮੰਗ ਨੂੰ ਪੂਰਾ ਕਰਨਗੇ ਦੇਖੋ ਸਾਡੇ ਅਕਾਲ ਤਖਤ ਜਥੇਦਾਰ ਨਾਲ ਸਾਡੀ ਕੌਮ ਦੇ ਵਿੱਚ ਬਹੁਤ ਮਤਲਬ ਤੋਂ ਹੀ ਕਹ ਲਓ ਕਿ ਉੱਪਰ ਹਾਂ ਤੇ ਰਤਬਾ ਰੱਖਦੇ ਆ ਤੇ ਜੋ ਉਹਨਾਂ ਦਾ ਕਿਹਾ ਉਹ ਅਸੀਂ ਸਾਰੇ ਸਿੱਖ ਮੰਨਦੇ ਆ ਤੇ ਸਾਨੂੰ ਪੂਰੀ ਆਸ ਹੈ ਕਿ ਜਿਵੇਂ ਇਹ ਨੌਜਵਾਨ ਸਿੱਖ ਗਰੀਬ ਪਰਿਵਾਰ ਚੋਂ ਅਮ੍ਰਿਤਧਾਰੀ ਸਿੱਖ ਵੀ ਨੇ ਕਿ ਜੇ ਇਹ ਇਹ નિર્ਦੋਸ਼ ਨੇ ਜੇ ਬੇਕਸੂਰ ਨੇ ਤਾਂ ਮੈਨੂੰ ਲੱਗਦਾ ਐਸਜੀਪੀਸੀ ਤੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਜ਼ਰੂਰ ਇਹਦੇ ਤੇ ਕਦਮ ਚੱਕਣਗੇ ਤੇ ਪ੍ਰਾਈਮ ਮਿਨਿਸਟਰ ਤੇ ਆਪਣੇ ਚੀਫ ਮਿਨਿਸਟਰ ਕਪਟਨ ਅਮਰਿੰਦਰ ਸਿੰਘ ਨਾਲ ਜ਼ਰੂਰ ਬਾਰੇ ਗੱਲਬਾਤ ਕਰ ਰਹੇ ਜਿਹੜਾ ਯੂਪੀਏ ਐਕਟ ਹੈ ਜਿਵੇਂ ਦੱਸਿਆ ਵਾ ਅਸੀਂ ਵੀ ਉਸ ਚੀਜ਼ ਦਾ ਵਿਰੋਧ ਕਰਦੇ ਹਾਂ ਜਿਹੜਾ ਐਕਟ ਹੈਗਾ ਵਾ ਉਹ ਕਿਤਨਾ ਕਿਤੇ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਥ੍ਰੈਟ ਕਰਨ ਵਾਲਾ ਨੌਜਵਾਨਾਂ ਨੂੰ ਜਿੰਦਗੀ ਕਹਿ ਸਕਦੇ ਆ ਬਰਬਾਦ ਕਰਨ ਵਾਲਾ ਕੇਂਦਰ ਸਰਕਾਰ ਦਾ ਐਕਟ ਪਾਸ ਕੀਤਾ ਗਿਆ ਇਹਦੇ ਪਿੱਛੇ ਮਨਛੇ ਕੀ ਆ ਉਹ ਤਾਂ ਖੈਰ ਮੋਦੀ ਸਾਹਿਬ ਜਾਣਦੇ ਆ ਭਾਜਪਾ ਦੇ ਕੇਂਦਰ ਲੀਡਰਸ਼ਿਪ ਜਾਣਦੀ ਆ ਪ੍ਰੋਫੈਸਰ ਸਵਾਲ ਕਰੂੰਗਾ ਤੁਹਾਨੂੰ ਨੌਜਵਾਨਾਂ ਦੀ ਕੀ ਭੂਮਿਕਾ ਹੋਣੀ ਚਾਹੀਦੀ ਆ ਰਾਜਨੀਤੀ ਦੇ ਵਿੱਚ ਦੇਖੋ ਸਭ ਤੋਂ ਪਹਿਲਾਂ ਨਾ ਪਹਿਲੇ ਤਾਂ ਨੌਜਵਾਨਾਂ ਨੂੰ ਨਾ ਇੱਕ ਉਮੀਦ ਦੀ ਕਿਰਨ ਦਿਖਾਈ ਜਾ। ਜੀ ਸਾਡਾ ਨੌਜਵਾਨਾ ਨੇ ਇਸ ਵੇਲੇ ਬਹੁਤ ਨਿਰਾਸ਼ ਹੋ ਗਿਆ। ਜੀ ਅ ਜੋ ਵੀ ਤੁਸੀਂ ਦੇਖ ਸਕਦੇ ਹੋ ਕਿ ਬੇਰੋਜ਼ਗਾਰੀ ਰੇਟ ਇੰਨਾ ਕ ਵੱਧ ਗਿਆ ਤੇ ਸਾਡਾ ਜਿਹੜਾ ਨੌਜਵਾਨਾ ਉਹ ਸਿਸਟਮ ਤੋਂ ਇੰਨਾ ਦੁਖੀ ਹੋ ਗਿਆ। ਤੇ ਜਿਹਦੇ ਕਰਕੇ ਇਹ ਰਿਜ਼ਲਟ ਇਹ ਨਿਕਲਿਆ ਕਿ ਹਰ ਬੱਚੇ ਇਹ ਕਹਿੰਦਾ ਮੈਂ ਬਾਹਰਲੇ ਦੇਸ਼ ਚ ਚਲ ਜਾ। ਉਹ ਆਪਣੇ ਦੇਸ਼ ਚ ਰਹਿ ਕੇ ਆਪਣੇ ਪੰਜਾਬ ਦੀ ਧਰਤੀ ਤੇ ਰਹਿ ਕੇ ਸੇਵਾ ਹੀ ਨਹੀਂ ਕਰਨਾ ਚਾਹੁੰਦਾ। ਹੁਣ ਜਿਹੜਾ ਆ ਆਪਾਂ ਡਿਸਕਸ਼ਨ ਦੇ ਸਟਾਰਟਿੰਗ ਚ ਜਿਹੜੀ ਗੱਲ ਕੀਤੀ ਪ੍ਰਨੋ ਨਾਗਪਾਲ ਜੀ ਹੁਣ ਉਹਦੇ ਜਿਹੜਾ ਪਰਿਵਾਰ ਨਾਲ ਬੀਤੀ ਐ ਉਹਦਾ ਹੁਣ ਮਤਲਬ ਆਪਣੇ ਪੰਜਾਬ ਪ੍ਰਤੀ ਜਾਂ ਆਪਣੀ ਸਰਕਾਰਾਂ ਪ੍ਰਤੀ ਕਿੰਨਾ ਪਿਆਰ ਰਹ ਜੂਗਾ ਮੈਂ ਉਹ ਮੈਂ ਤਾਂ ਬਾਤ ਮੈਂ ਉਹਨੂੰ ਇਹ ਕਹਣਾ ਯਾਰ ਇੱਥੇ ਵੈਲਿਊ ਆਫ ਲਾਈਫ ਨਹੀਂ ਹੈ ਇਹ ਰਿਜ਼ਲਟ ਹੈ ਕਿ ਸਾਡੀ ਜ਼ਿੰਦਗੀਆਂ ਦੀ ਕਿੰਨੀ ਇੱਕ ਕਦਰ ਹੈ ਤੇ ਕਿਦਾਂ ਖਲਵਾੜ ਕੀਤਾ ਜਾਂਦਾ ਆਪਾਂ ਜਗ੍ਹਾ ਜਗ੍ਹਾ ਤੇ ਦੇਖਦੇ ਆ ਸਾਡੇ ਆਮ ਲੋਕਾਂ ਲਈ ਲਾਅਜ਼ ਕੁਝ ਹੋਰ ਨੇ ਸਿਸਟਮ ਕੁਝ ਹੋ ਰਿਹਾ ਲੀਡਰ ਵਾਲੀ ਤੇ ਵੱਡੇ ਅਸਰ ਵਾਲੀ ਲੋ ਕੁਝ ਹੋ ਰਨੇ ਤੇ ਸਿਸਟਮ ਕੁਝ ਹੋ ਰਹਾ ਵੱਡੇ ਵੱਡੇ ਸਿੰਗਰ ਵਾਲੀ ਸਿਸਟਮ ਕੁਝ ਹੋ ਰਹਾ ਲੋ ਕੁਝ ਹੋ ਰਹਾ ਤੇ ਇਹ ਚੀਜ਼ ਨੂੰ ਸਮਝਣ ਦੀ ਲੋੜ ਹੈ ਜਿਹੜੀ ਨੌਜਵਾਨ ਆ ਨਾ ਉਹ ਨੌਜਵਾਨ ਕਹਿੰਦਾ ਕਿ ਸਾਰੇ ਲੋਕਾਂ ਨੂੰ ਨਾ ਬਰਾਬਰ ਦਾ ਹੱਕ ਮਿਲੇ ਇੱਕ ਚੰਗਾ ਸਿਸਟਮ ਮਿਲ ਜੇ ਵੈਲੀ ਆਫ ਲਾਈਫ ਮਿਲ ਜੇ ਸਿਕਿਉਰਿਟੀ ਆਫ ਲਾਈਫ ਮਿਲ ਜੇ ਤੇ ਇਹ ਇਹ ਜਿਹੜੇ ਨੌਜਵਾਨੇ ਦਰਦ ਰੱਖਦੇ ਆ ਮੈਨੂੰ ਲੱਗਦਾ ਉਹ 2022 ਦੇ ਵਿੱਚ ਇੱਕ ਐਕਟਿਵ ਪਾਰਟਿਸਪੀਸ਼ਨ ਕਰਨਗੇ ਜ਼ਰੂਰ ਨੌਜਵਾਨ ਜਿਹੜੇ ਬਦਲਾਵ ਕਰਨਾ ਚਾਹੁੰਦੇ ਜਿਹੜੇ ਨਹੀਂ ਕਰਨਾ ਚਾਹੁੰਦੇ ਉਹ ਤਾਂ ਫਿਰ ਵੈਸੇ ਹੀ ਬੇਉਮੀਦੇ ਹੋ ਕੇ ਉਹ ਕਹਿੰਦੇ ਇਹ ਤਾਂ ਬਾਰ ਹੀ ਚੱਲ ਜਾਂਦਾ ਪਰ ਜਿਹੜਾ ਨੌਜਵਾਨ ਇੱਥੇ ਰਹਿਣਾ ਚਾਹੁੰਦਾ ਇੱਕ ਵਧੀਆ ਖੁਸ਼ਹਾਲ ਪੰਜਾਬ ਬਣਾਉਣਾ ਚਾਹੁੰਦਾ ਉਹਨੂੰ ਆਪਣਾ ਯੋਗਦਾਨ ਬਾਹਰ ਆ ਕੇ ਜ਼ਰੂਰ ਪਾਣਾ ਚਾਹੀਦਾ ਮੈਂ ਖੋਲੀ ਅਕਾਲੀ ਕਾਂਗਰਸ ਦੀ ਗੱਲ ਨਹੀਂ ਕਰੂੰਗਾ ਭਾਜੀਪੀ ਦੀ ਗੱਲ ਨਹੀਂ ਕਰੂੰਗਾ ਆਮ ਆਦੀ ਪਾਰਟੀ ਦੀ ਗੱਲ ਨਹੀਂ ਕਰੂੰਗਾ ਕਿਉਂਕਿ ਆਮ ਆਦੀ ਪਾਰਟੀ ਵੀ ਉਹਨਾਂ ਦਾ ਹੀ ਇੱਕ ਮਿਕਸ ਦਾ ਪਾਰਟ ਬਣ ਗਿਆ ਜਿਵੇਂ ਆਪਾਂ ਰਵਾਇਤੀ ਪਾਰਟੀ ਦੀ ਗੱਲ ਕਰਦੇ ਉਹ ਹੀ ਲੀਡਰ ਨੇ ਰਵਾਇਤੀ ਨੌਜਵਾਨ ਆ ਕੇ ਕਿਹਦੇ ਨਾਲ ਜੁੜੇ ਕਿਹਦੇ ਨਾਲ ਆਪਣੀ ਉਹ ਕਿਹਨੂੰ ਕਿਹੜੇ ਕਿਹਨੂੰ ਲੀਡਰ ਮੰਨਿਆ ਨਹੀਂ ਪਹਿਲੀ ਗੱਲ ਆਪਾਂ ਲੀਡਰ ਮੰਨਿਏ ਕਿਉਂ ਆਪਾਂ ਲੀਡਰ ਬਣੀਏ ਕਿਉਂ ਨਾ ਗੱਲ ਲੀਡਰ ਬਣਨ ਦੀ ਆ ਨੌਜਵਾਨ ਸਗੋਂ ਬਾਹਰਾਂ ਤੇ ਲੀਡਰ ਬਣਨ ਸੋਸਾਇਟੀ ਨੂੰ ਲੀਡ ਕਰਨ ਅੱਜ ਲੀਡ ਕਰਦੇ ਸੋਸਾਇਟੀ ਨੂੰ ਤੁਸੀਂ ਤੁਹਾਡਾ ਇੱਕ ਲੀਡਰ ਤਾਂ ਹੈ ਤੁਸੀਂ ਇੱਕ ਪਾਰਟੀ ਨਾਲ ਜੁੜੇ ਹੋ ਦੇਖੋ ਮੈਂ ਪਹਿਲੀ ਗੱਲ ਕਰਦਾ ਗੱਲ ਇੱਥੇ ਲੀਡਰ ਦੀ ਨਹੀਂ ਹੁੰਦੀ ਗੱਲ ਇੱਕ ਹੁੰਦੀ ਹੈ ਕਿ ਪੋਲਿਸੀ ਮੇਕਰਸ ਵੀ ਨੀਡ ਅ ਗੁੱਡ ਪੋਲਿਸੀ ਮੇਕਰਸ ਜਿਹੜੇ ਇੱਕ ਚੰਗੀਆਂ ਨੀਤੀਆਂ ਬਣਾ ਸਕਣ ਤੇ ਲਾਗੂ ਕਰ ਸਕਣ ਕੋਣਾ ਬੰਦਾ ਹੋ ਜਿੰਨਾ ਦੇਖੋ ਇਹ ਇਹ ਦੇਖੋ ਦੇਖੋ ਇਹਦੇ ਚ ਮੈਂ ਕਹਿੰਦਾ ਜੋ ਖੈਰਾ ਸਾਹਿਬ ਨੇ ਬੇਬਾਕੀ ਨਾਲ ਆਵਾਜ਼ ਚੱਕ ਰਹੇ ਨੇ ਕੋਈ ਵੀ ਪੰਜਾਬ ਨਾਲ ਬੇਇਨਸਾਫੀ ਹੁੰਦੀ ਹੈ ਕੋਈ ਵੀ ਉਨ ਐਨੀ ਇਸ਼ੂ ਉਹ ਆਪਣੀ ਬੇਬਾਕੀ ਤੇ ਨੇੜਰਤਾ ਨਾਲ ਆਵਾਜ਼ ਚੱਕ ਰਿਹਾ ਹੁਣ ਜਿਹੜਾ ਯੂਪੀਏ ਕਾਨੂੰਨ ਹੈ ਮੈਨੂੰ ਦੋਸਤੋ ਕਿਹੜਾ ਲੀਡਰ ਨੇ ਆਵਾਜ਼ ਚੱਕੀ ਹੈ ਖੈਰਾ ਸਭ ਤੋਂ ਇਲਾਵਾ ਕਿਸੇ ਨੇ ਨਹੀਂ ਚੱਕੀ ਤੇ ਦੇਖੋ ਇਹ ਸਾਰੇ ਪੰਜਾਬ ਪਰਦਾ ਇੱਕ ਇਹ ਸੀਰੀਅਸ ਇਸ਼ੂ ਹੈ ਕਿ ਇਹ ਬੇਕਸੂਰ ਨੌਜਵਾਨਾਂ ਨੂੰ ਫਸਾਇਆ ਜਾ ਰਿਹਾ ਤੇ ਇਦਾਂ ਹੀ ਸਾਡੇ ਪੰਜਾਬ ਦੇ ਜੇ ਪਾਣੀਆਂ ਦੀ ਗੱਲ ਕਰੀਏ ਹੱਕਾਂ ਦੀ ਗੱਲ ਕਰੀਏ ਚੰਡੀਗੜ੍ਹ ਪੰਜਾਬ ਨੂੰ ਦੁਵਾਨ ਦੀ ਗੱਲ ਕਰੀਏ ਸਾਡੀ ਮਾਂ ਬੋਲੀ ਦੀ ਗੱਲ ਕਰੀਏ ਹਰ ਇਸ਼ੂ ਤੇ ਖੈਰਾ ਸਾਹਿਬ ਨੇ ਪੈਰਾ ਦਿੱਤਾ ਨਾਲੇ ਦੇਖੋ ਸਰ ਲੀਡਰ ਪਤਾ ਕਿਹੜਾ ਹੁੰਦਾ ਹੈ ਜੇ ਆਪਾਂ ਕੋਈ ਵੀ profession ਦੀ ਗੱਲ ਕਰੀਏ ਪੱਤਰਕਾਰ ਕਿਹੜਾ ਹੁੰਦਾ ਹੈ ਜਿਹੜਾ ਆਪਣੇ ਔਦੇ ਨੂੰ ਮਾਨ ਸਤਕਾਰ ਦੇਵੇ ਹੁਣ ਤੁਸੀਂ ਪੱਤਰਕਾਰੀ ਤਾਂ ਕਰ ਰਹੇ ਹੋ ਹੁਣ ਲੋਕੀ ਤੁਹਾਨੂੰ ਤਾਂ ਪਸੰਦ ਕਰਨਗੇ ਕਿ ਤੁਸੀਂ ਆਪਣਾ ਜਿਹੜਾ ਔਦਾ ਉਹਨੂੰ ਮਾਨ ਸਤਕਾਰ ਦਿਓ ਐਦਾ ਹੀ ਜਦੋਂ ਖੈਰਾ ਸਾਹਿਬ ਲੀਡਰ ਆਫ oppositon ਸੀ ਉਹਨਾਂ ਨੇ ਉਸ ਚੇਅਰ ਦਾ ਇੰਨਾ ਕ ਮਾਨ ਸਤਕਾਰ ਦਿੱਤਾ ਲੀਡਰ ਆਪੋਜੀਸ਼ਨ ਦਾ ਕਿ ਜਿਹਦੇ ਕਰਕੇ ਸਾਰੇ ਪੰਜਾਬ ਦੇ ਲੋਕਾਂ ਨੂੰ ਇਹ ਮਤਲਬ ਪਤਾ ਲੱਗ ਗਿਆ ਕਿ ਲੀਡਰ ਆਫ ਆਪੋਜੀਸ਼ਨ ਹੁੰਦਾ ਕੀ ਹੈ ਉਹਦੀ ਡਿਊਟੀ ਕੀ ਹੁੰਦੀ ਹੈ ਉਹਨੇ ਕਿੱਦਾਂ ਜਿਹੜੀਆਂ ਸਰਕਾਰਾਂ ਦੀਆਂ ਨਲਾਇਕੀਆਂ ਨੂੰ ਸਰਕਾਰਾਂ ਦੀਆਂ ਬੇਈਮਾਨੀਆਂ ਨੂੰ ਕਿਵੇਂ ਐਕਸਪੋਜ਼ ਕਰਨਾ ਕਿੱਦਾਂ ਉਹਦਾ ਦੀ ਕਰਪਸ਼ਨ ਨੂੰ ਬਾਹਰ ਲੈ ਕੇ ਆਉਣਾ ਤੇ ਕਿਵੇਂ ਇੱਕ ਮੰਤਰੀ ਤੋਂ ਅਸਤੀਫਾ ਦਿਵਾਉਣਾ ਇਹ ਖੈਰਾ ਸਾਹਿਬ ਨੇ ਸਾਰੇ ਪੰਜਾਬ ਦੇ ਵਿੱਚ ਇੱਕ ਮਤਲਬ ਦੱਸਤਾ ਸੀ ਲੀਡਰ ਆਪੋਜੀਸ਼ਨ ਦਾ ਬਾਕੀ ਮੈਂ ਇੱਕ ਗੱਲ ਇਹ ਕਹਿਣਾ ਨੌਜਵਾਨ ਬਾਹਰ ਆਪਣੀ ਆਵਾਜ਼ ਬੁਲੰਦ ਕਰਨ ਜਿੱਥੇ ਵੀ ਤੁਹਾਨੂੰ ਲੱਗਦਾ ਕਿ ਇੱਥੇ ਗਲਤ ਹੋ ਰਿਹਾ ਕੰਮ ਸਿਸਟਮ ਸਾਡਾ ਗਲਤ ਹੈ ਦੇਖੋ ਸਿਸਟਮ ਸਾਨੂੰ ਆਪ ਨਹੀਂ ਸੁਧਾਰਨਾ ਪੈਣਾ ਸਾਨੂੰ ਆਪ ਨੂੰ ਸੁਧਾਰਨਾ ਪੈਣਾ ਸਾਨੂੰ ਆਪਣੇ ਆਪ ਨੂੰ ਜਾਗਰੂਕ ਹੋਣਾ ਪੈਣਾ ਤੇ ਲੋਕਾਂ ਦੇ ਵਿੱਚ ਜਾਗਰੂਕਤਾ ਲੈ ਕੇ ਆਣੀ ਪੈਣੀ ਹੈ ਤੇ ਜਿਹੜਾ ਆਪਾਂ ਮਤਦਾਨ ਕਰਦੇ ਆ ਆਪਣੀ ਮਤ ਨੂੰ ਦੇ ਕੇ ਦਾਨ ਕਰੀਏ ਕਿਉਂਕਿ ਲੀਡਰਾਂ ਕੋਲ ਇੱਕੋ ਹੀ ਜਵਾਬ ਹੁੰਦਾ ਕਹਿੰਦੇ ਫਿਰ ਵੀ ਲੋਕ ਸਾਡੋ ਜਿਤਾ ਦਿੰਦੇ ਆ ਮਤਲਬ ਜੇ ਤੁਹਾਨੂੰ ਲੱਗਦਾ ਸੀ ਇੰਨੇ ਕੀ ਬੇਈਮਾਨ ਆ ਇੰਨੀ ਕਰਪਸ਼ਨ ਕਰ ਰਹੇ ਆ ਇੰਨਾ ਲੁੱਟ ਰਹੇ ਆ ਹਨ ਇੰਨਾ ਕੁੱਟ ਰਹੇ ਆ ਤੁਹਾਨੂੰ ਤੁਹਾਨੂੰ ਅਸੀਂ ਗੁਲਾਮ ਬਣਾ ਕੇ ਰੱਖਿਆ ਫਿਰ ਵੀ ਲੋਕ ਸਾਡੇ ਮਗਰ ਨੇ ਉਹ ਤਾਂ ਸਗੋਂ ਟਿਚਰਾ ਕਰਦੇ ਨੇ ਕਿ ਲੋਕ ਤਾਂ ਫਿਰ ਸਾਡਾ ਸਾਥ ਦੇ ਰਹੇ ਇਹ ਲੋਕਾਂ ਨੂੰ ਸਮਝਣ ਦੀ ਲੋੜ ਆ ਤੇ ਇਹ ਤੁਸੀਂ ਮੈਂ ਕਹਿਣਾ ਤੁਸੀਂ ਅੱਖਾ ਖੋਲ ਕੇ ਦੇਖੋ ਕਿ ਸਾਡੇ ਲੋਕਾਂ ਨਾਲ ਕਿਹੋ ਜਿਹਾ ਵਰਤਾਵ ਕੀਤਾ ਜਾ ਰਿਹਾ ਤੇ ਲੀਡਰਾਂ ਨਾਲ ਕਿਹੋ ਜਿਹਾ ਬਿਹੇਵ ਕੀਤਾ ਜਾਂਦਾ ਸਰਕਾਰਾਂ ਦੁਆਰਾ ਜਾਂ ਵੱਡੇ ਅਫਸਰਾਂ ਨਾਲ ਕਿਵੇਂ ਕੀਤਾ ਜਾਂਦਾ ਸਾਡੇ ਆਮ ਲੋਕਾਂ ਦੀ ਵੈਲੀ ਆਫ ਲਾਈਫ ਕਿੰਨੀ ਹੈ ਲੀਡਰਾਂ ਦੀ ਕਿੰਨੀ ਹੈ ਤੇ ਵੱਡੇ ਅਫਸਰਾਂ ਦੀ ਕਿੰਨੀ ਹੈ ਇਹ ਲੋਕਾਂ ਨੂੰ ਦੇਖਣਾ ਚਾਹੀਦਾ ਖੈਰਾ ਸਰ ਬਿਨਾ ਬਿਨਾ ਸ਼ੱਕ ਵਧੀਆ ਬੁਲਾ ਰਹੇ ਨੇ ਪੰਜਾਬ ਦੇ ਹਰ ਪੱਖ ਦੇ ਮੁੱਦੇ ਤੇ ਆਪਣੀ ਆਵਾਜ਼ ਮੈਂ ਸਮਝਦਾ ਬੁਲੰਦ ਆਵਾਜ਼ ਆਪਣੀ ਰੱਖਦੇ ਨੇ ਸਰਕਾਰਾਂ ਮੂਰੇ ਕਦੇ ਨਾ ਬੋੜਨ ਟੇਕੇ ਹੋਏ ਤੇ ਤੁਸੀਂ ਵੀ ਕਿਤਨਾ ਕਿਤੇ ਕਹਿੰਦੇ ਕਿਹਾ ਵੀ ਸਰਕਾਰ ਜਿਹੜੀ ਅਗਲੀ 22 ਦੀ ਆ ਉਹ ਖੈਰਾ ਸਾਹਿਬ ਨੇ ਜਿਹੜੇ ਨੌਜਵਾਨ ਜੁੜਨ ਉਹ ਤੇ ਮੈਨੂੰ ਇਹ ਦੱਸੋ ਕੀ ਕਾਰਨ ਹੋਇਆ ਵੀ ਸੁਪਾਲ ਸਿੰਘ ਖੈਰਾ ਦੀ ਜਮਾਨਤ ਜਬਤ ਹੋ ਗਈ ਬਠਿੰਡੇ ਤੋਂ ਤੇ ਦੋਸ਼ ਇਥੋਂ ਤੱਕ ਲੱਗੇ ਵੀ ਬਾਦਲ ਪਰਿਵਾਰ ਨੂੰ ਜਿਤਾਉਣ ਵਾਸਤੇ ਖੈਰਾ ਸਾਹਿਬ ਉੱਥੇ ਗਏ ਜੀ ਖੈਰਾ ਸਾਹਿਬ ਨਾ ਹੁੰਦੇ ਤੇ ਰਾਜਾ ਬਰਿੰਗਾ ਜੋਖ ਜਿੱਤੇ ਹੁੰਦੇ ਕੈਪਟਨ ਅਮਰਿੰਦਰ ਸਿੰਘ ਦੀ ਕਦੇ ਜਮਾਨਤ ਜਬਤ ਨਹੀਂ ਹੋਈ ਪੁਰਾਣਾ ਜੇ ਇਤਿਹਾਸ ਪੜ ਲਓ ਜੀ ਤੇ ਅੱਜ ਚੀ ਮੰਤਰੀ ਨੇ ਨਾ ਜੀ ਤੇ ਇਹ ਗੱਲ ਇਹ ਨਹੀਂ ਹੁੰਦੀ ਕਿ ਠੀਕ ਹੈ ਇੱਕ ਵਾਰੀ ਅਸੀਂ ਅਸੀਂ ਮਤਲਬ ਡਿੱਗ ਗਏ ਪਰ ਹਾਰ ਨਹੀਂ ਮੰਨੀ ਜੋ ਪੰਜਾਬ ਦੇ ਹਿੱਤ ਦੀ ਲੜਾਈ ਆ ਹੀ ਲੜਦੇ ਰਵਾਂਗੇ ਹਾਰ ਜਿੱਤ ਤਾਂ ਚਲਦੀ ਰਹਿੰਦੀ ਆ ਜੋ ਲੋਕਾਂ ਦਾ ਉੱਥੇ ਮੰਡੇਟ ਸੀਗਾ ਜੋ ਲੋਕਾਂ ਦਾ ਫਤਵਾ ਸੀ ਸਾਡੇ ਸਿਰ ਮੱਤੇ ਜੋ ਲੋਕਾਂ ਨੂੰ ਜਿੰਨੂੰ ਜੋ ਪਸੰਦ ਸੀ ਉਹਨਾਂ ਵੋਟ ਪਾਈ ਪਰ ਜੋ ਪੰਜਾਬ ਦੇ ਹੱਕ ਦੀ ਲੜਾਈ ਅਸੀਂ ਲੜ ਰਹੇ ਆ ਜੀ ਤੇ ਠੀਕ ਹੈ ਜੋ ਲੋ ਜੇ ਲੋਕਾਂ ਨੂੰ ਉਸ ਵੇਲੇ ਸਾਡੀ ਸੋਚ ਨਹੀਂ ਚੰਗੀ ਲੱਗੀ ਤੇ ਉਹਨਾਂ ਦਾ ਜੋ ਫੈਸਲਾ ਸਾਡੇ ਸਿਰ 'ਤੇ ਅਸੀਂ ਵਿਰੋਧ ਤਾਂ ਨਹੀਂ ਕੀਤਾ ਅਸੀਂ ਐਕਸੈਪਟ ਕੀਤਾ ਪਰ ਅਸੀਂ ਹਾਰ ਨਹੀਂ ਮੰਨੀ ਅਸੀਂ ਪੰਜਾਬ ਨੂੰ ਜੋ ਤੱਕ ਪੰਜਾਬ ਨੂੰ ਖੜਾ ਨਹੀਂ ਕਰ ਦਿੰਦੇ ਉਦੋਂ ਤੱਕ ਅਸੀਂ ਲੜਾਈ ਲੜਦੇ ਰਵਾਂਗੇ ਹੁਣ ਇਸ ਵੇਲੇ ਪੰਜਾਬ ਪਾਉਣੇ 3 ਲੱਖ ਕਰੋੜ ਦਾ ਕਰਜ਼ਾ ਠੀਕ ਹੈ ਨਾ ਕਿਹਦੇ ਤੇ ਕਰਜ਼ਾ ਲੀਡਰਾਂ ਤੇ ਕਰਜ਼ਾ ਪੰਜਾਬ ਲੋਕ ਜਨਤਾ ਦੇ ਮਤਲਬ ਲੋਕਾਂ ਤੇ ਕਰਜਾ ਠੀਕ ਹੈ ਨਾ ਟੈਕਸ ਪੇਅਰਸ ਤੇ ਹੀ ਕਰਜਾ ਆਪਾਂ ਤਾਂ ਟੈਕਸ ਵੀ ਭਰੀ ਜਾਂਦੇ ਆ ਤੇ ਉਹਦੇ ਬਦਲੇ ਸਾਨੂੰ ਮਿਲਦਾ ਕੀ ਪਿਆ ਕਰਜਾ ਜਿੱਥੇ ਕੋਈ ਬੱਚਾ ਨਵਾਂ ਜੰਮ ਵੀ ਰਿਹਾ ਉਹਦੇ ਤੇ ਲਗਭਗ 70-80000 ਰੁਪਏ ਦਾ ਕਰਜਾ ਪੈ ਰਿਹਾ ਮਤਲਬ ਇਹ ਕਿਹਦੇ ਕਰਕੇ ਹੋਇਆ ਨਲਾਇਕ ਲੀਡਰਸ਼ਿਪ ਕਰਕੇ ਨਾ ਜਿਨ੍ਹਾਂ ਨੇ ਆਪਣੇ ਘਰ ਭਰ ਲਏ ਆਪਣੇ ਕਾਰੋਬਾਰ ਚਲਾ ਲਏ ਤੇ ਆਮ ਲੋਕਾਂ ਨੂੰ ਕੀ ਮਿਲਿਆ ਆਮ ਲੋਕ ਤਾਂ ਕਰਜ਼ਾਈ ਹੋ ਗਏ ਗੱਲ ਤਾਂ ਵੱਡੇ ਵੱਡੇ ਵਾਅਦੇ ਆ ਦੀ ਸੀ ਨਾ ਘਰ ਘਰ ਨੌਕਰੀ ਦੀ ਸੀ ਗੱਲ ਸੀ ਕਿ ਆਪਾਂ ਇੱਕ ਕਨਫਲਿਕਟ ਆਫ ਇੰਟਰਸਟ ਲਾ ਲੈ ਕੇ ਆਵਾਂਗੇ ਕਿ ਜਿਹੜੇ ਵੱਡੇ ਵੱਡੇ ਟੱਬਰਾਂ ਨੇ ਕਬਜ਼ਾ ਕੀਤਾ ਹੋਇਆ ਕਾਰੋਬਾਰ ਤੇ ਆਪਾਂ ਉਸ ਚੀਜ਼ ਨੂੰ ਨੱਥ ਪਾਵਾਂਗੇ ਮਾਫੀਆ ਰਾਜ ਖਤਮ ਕਰਾਂਗੇ ਕਿੱਥੇ ਹੋਇਆ ਖਤਮ ਪ੍ਰੋਫੈਸਰ ਵੀ ਕਿੱਥੇ ਮੈਨੂੰ ਨਜ਼ਰ ਨਹੀਂ ਆਉਂਦਾ ਮੈਨੂੰ ਨਹੀਂ ਲੱਗਦਾ ਭੁੱਖ ਕੋਈ ਪੰਜਾਬ ਦਾ ਸੁਰੱਖਿਅਤ ਹੈਗਾ ਵਾ ਉਹੀ ਅਕਾਲੀ ਕਾਂਗਰਸ ਵਾਲਾ ਚੱਲਿਆ ਵਾ ਨੌਜਵਾਨਾਂ ਨੂੰ ਤੁਸੀਂ ਗੱਲ ਕੀਤੀ ਹੈ ਬਿਨਾਂ ਸ਼ੱਕ ਮੈਂ ਪਹਿਲਾਂ ਦੁਬਾਰਾ ਪਹਿਲਾਂ ਵੀ ਗੱਲ ਕੀਤੀ ਹੈ ਵੀ ਖਹਿਰਾ ਸਾਹਿਬ ਵਧੀਆ ਬੁਲਾਰੇ ਹੋ ਸਕਦੇ ਨੇ ਪਰ ਲੀਡਰਸ਼ਿਪ ਨੂੰ ਲੀਡ ਲੀਡ ਕਿਵੇਂ ਕਰਨਗੇ ਉਹ ਕਿਹਦੇ ਨੌਜਵਾਨ ਕਿਹਨੂੰ ਆ ਇੱਕ ਹੋਂ ਖਹਿਰਾ ਸਾਹਿਬ ਦਾ ਚ 117 ਹਲਕੇ ਜ ਤੁਸੀਂ ਤੁਸੀਂ ਦੱਸੋ ਤੁਸੀਂ ਲੀਡਰਸ਼ਿਪ ਕਿੱਦਾਂ ਦੀ ਚਾਹੁੰਦੇ ਆ ਕਿੱਦਾਂ ਦੀ ਕੁਆਲਿਟੀਆਂ ਹੋਣੀ ਚਾਹੀਦੀਆਂ ਮਾਨ ਦਾ ਲੀਡ ਮੈਂ ਕਿਉਂ ਪੇਜ ਹੁੰਦਾ ਖਹਿਰਾ ਸਾਹਿਬ ਵਰਗੇ ਬੰਦੇ ਅੱਗੇ ਹਾਂ ਮੈਂ ਚਾਹੁੰਦਾ ਨਹੀਂ ਮੈਂ ਮੈਂ ਉਹੀ ਮੈਂ ਤੁਸੀਂ ਵੀ ਚਲੋ ਆਪਾਂ ਪ੍ਰੋਫੈਸ਼ਨ ਤੋਂ ਆਊਟ ਆਫ ਜਾ ਕੇ ਤੁਸੀਂ ਠੀਕ ਹੈ ਅੱਜ ਤੁਸੀਂ ਚੱਲ ਰਹੇ ਇਕ ਐਜ਼ ਅ ਨੌਜਵਾਨ ਤੁਸੀਂ ਯੂਥ ਵੀ ਕਿੱਦਾਂ ਦੀ ਲੀਡਰਸ਼ਿਪ ਚਾਹੁੰਦੇ ਹੋ ਅਸੀਂ ਆਪ ਚੁੰਨ ਜਿਹੜਾ ਪੰਜਾਬ ਦੇ ਹੱਕਾਂ ਦੀ ਗੱਲ ਕਰੇ ਕਿਉਂਕਿ ਕਿਤਨਾ ਕਿਤੇ ਜਿਹੜੇ ਲੀਡਰ ਜਿਨ੍ਹਾਂ ਦੀ ਤੁਸੀਂ ਵੀ ਗੱਲ ਕਰਦੇ ਹੋ ਕਿਤਨਾ ਕਿਤੇ ਅੰਦਰ ਸਾਠ ਘਾਟ ਉਹਨਾਂ ਦੀ ਵੀ ਹੈਗੀ ਆ ਕੋਈ ਪ੍ਰੂਫ ਹੈ ਨਹੀਂ ਇਹ ਦੇਖੋ ਜਿਹੜਾ ਤੁਹਾਡਾ ਪ੍ਰੋਫੈਸ਼ਨ ਹੈ ਨਾ ਤੁਸੀਂ ਐਦਾਂ ਦੀਆਂ ਨਾ ਜਿਹੜੀਆਂ ਮਨ ਘੜਤ ਗੱਲਾਂ ਨੇ ਨਾ ਨੇ ਜਾਂ ਵਿਦਆਊਟ ਗੱਲ ਪਤਾ ਕੀ ਹੈ ਦੇਖੋ ਜਿਹੜਾ ਤੁਹਾਡਾ ਪ੍ਰੋਫੈਸ਼ਨ ਹੈ ਨਾ ਮਾਨ ਸਤਕਾਰ ਤੁਹਾਨੂੰ ਵੀ ਜ਼ਿਆਦਾ ਤਾਂ ਮਿਲੇਗਾ ਜੇ ਤੁਸੀਂ ਵਿਦ ਫੈਕਟਸ ਬੋਲੋ ਇਹ ਹੈਗੀ ਲੀਡਰ ਵਾਲੀ ਭਾਸ਼ਾ ਅਕਾਲੀ ਇਹ ਹੀ ਲਾ ਦਿੰਦੇ ਉੱਪਰ ਖੜੇ ਹੋਏ ਇਲਜ਼ਾਮ ਲਾਤਾ ਜੀ ਇਹ بیਟੀਮ 80 ਮੈਂ ਤੇ ਕਾਂਗਰਸ ਵਾਲੇ ਖੜੇ ਜਾਂਦਾ ਉਹ ਪੰਜਾਬ ਦਾ ਰਾਇ ਜੀ ਇਹ ਨਹੀਂ ਕਿਸੇ ਦੀ ਰਾਇ ਨਹੀਂ ਆ ਪੰਜਾਬ ਦੀ ਜਨਤਾ ਤਾਂ ਨਿਰਾਸ਼ ਬੈਠੀ ਆ ਪੰਜਾਬ ਦੀ ਜਨਤਾ ਤਾਂ ਦੁਖੀ ਹੋਈ ਬੈਠੀ ਆ ਪੰਜਾਬ ਪੰਜਾਬ ਦੀ ਜਨਤਾ ਨੂੰ ਤਾਂ ਇਹੋ ਜਿਹਾ ਮਾਹੌਲ ਹੀ ਨਹੀਂ ਦਿੱਤਾ ਕਿ ਉਹਨਾਂ ਨੂੰ ਪੋਲਿਟੀਕਲ ਚੰਗੀ ਸਿਆਸਤ ਬਾਰੇ ਗੱਲ ਕਰ ਸਕਣ ਪੰਜਾਬ ਤੇ ਇਸ ਵੇਲੇ ਬੋਝ ਹੀ ਇੰਨਾ ਪਾਤਾ ਮਾਨਸਿਕ ਤੌਰ ਤੇ ਕਮਜ਼ੋਰ ਕਰਤਾ ਪੰਜਾਬ ਦੇ ਲੋਕਾਂ ਨੂੰ ਆਰਥਿਕ ਤੌਰ ਤੇ ਕਮਜ਼ੋਰ ਕਰਤਾ ਅਕਾਲੀ ਕਾਂਗਰਸੀ ਬੈਂਸ ਸਾਹਿਬ ਖੈਰਾ ਸਾਹਿਬ ਕਹਿੰਦੇ ਉਹ ਸਹੀ ਆ ਪੰਜਾਬ ਦੀ ਜਨਤਾ ਕਹਿੰਦੀ ਉਹ ਮਹਾਰਾਜ ਹੀ ਉਹ ਮੈਂ ਕਹਿੰਦਾ ਜੋ ਪੰਜਾਬ ਦੀ ਜਨਤਾ ਕਹਿ ਰਹੀ ਹੈ ਬਿਲਕੁਲ ਸਹੀ ਕਹਿ ਰਹੀ ਹੈ ਪਰ ਤੁਸੀਂ ਪੰਜਾਬ ਪਰ ਤੁਸੀਂ ਪੰਜਾਬ ਦੀ ਜਨਤਾ ਦੇ ਮੂੰਹ ਦੇ ਵਿੱਚ ੱੱਕੇ ਸ਼ਈ ਆਵਾਜ਼ ਨਾ ਬਣਾਓ ਪੰਜਾਬ ਦੀ ਜਨਤਾ ਬਹੁਤ ਸਿਆਣੀ ਨਹੀਂ ਪੰਜਾਬ ਦੀ ਜਨਤਾ ਬਹੁਤ ਸਿਆਣੀ ਮੈਂ ਨਹੀਂ ਲੀਡਰਾਂ ਦੀ ਗੱਲ ਨਹੀਂ ਕਰ ਰਿਹਾ ਦੇਖੋ ਪੰਜਾਬ ਦੀ ਜਨਤਾ ਇਹ ਲੋਕਤੰਤਰ ਹੈ ਠੀਕ ਹੈ ਨਾ ਲੋਕਤੰਤਰ ਲੋਕਾਂ ਦੀ ਤਾਕਤ ਜੋ ਲੋਕਾਂ ਦੀ ਆਵਾਜ਼ ਉੱਥੋਂ ਉੱਠੀ ਸੀ ਜਦੋਂ 35000 ਵੋਟਰਾਂ ਦਾ ਜਵੰਤ ਜਪਤ ਹੋਈ ਇਹ 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 ਦੇਖੋ ਇੱਕ ਨਾ ਇਹ ਇਹ 200 ਕੈਸਨ ਸਾਹਿਬ ਤੇ ਵੀ ਲੱਗਦੇ ਰਿਹਾ ਅੰਲੀ ਬਿੱਟੂ ਤੇ ਵੀ ਲੱਗਦੇ ਇਹ ਇਹ ਪ੍ਰੋਪਾਗੈਂਡਾ ਦੇਖੋ ਇਹ ਨਾ ਇੱਕ ਪ੍ਰੋਪਾਗੈਂਡਾ ਚਲਾਇਆ ਜਾਂਦਾ ਤੁਸੀਂ ਜਦੋਂ ਵੀ ਸਰਵੇ ਕਰੋ ਨਾ ਜੀ ਔਨ ਲਾਈਵ ਕਰੋ ਜੀ ਨਿਊਟਰਲ ਪਬਲਿਕ ਨਾ ਕਰੋ ਜੀ ਕਿਸੇ ਪਾਰਟੀ ਦੇ ਬੰਦੇ ਨਾਲ ਨਾ ਵਰਕਰ ਨਾਲ ਨਾ ਕਰੋ ਗੱਲ ਫਿਰ ਲੋਕਾਂ ਨੂੰ ਸੱਚ ਦਾ ਪਤਾ ਲੱਗੇਗਾ ਇਹ ਜਿਹੜੀਆਂ ਤੁਹਾਡੀਆਂ ਗੱਲਾਂ ਨੇ ਨਾ ਦੇਖੋ ਇੱਕ ਇੱਕ ਕੌਨਸਪੀਰੇਸੀ ਤਿਆਰ ਕੀਤੀ ਜਾਂਦੀ ਹੈ ਇੱਕ এজেন্ডਾ ਤਿਆਰ ਕੀਤਾ ਜਾਂਦਾ ਹੈ ਇੱਕ ਪ੍ਰੋਪਾਗੈਂਡਾ ਤਿਆਰ ਕੀਤਾ ਜਾਂਦਾ ਹੈ ਜਿਦੇ ਚ ਇਹ ਲੋਕਾਂ ਚ ਇਹ ਭਰੰਭ ਬਣਾ ਦਿੰਦੇ ਆ ਜੀ ਇਹ ਲੀਡਰ ਤਾਂ ਫਲਾਣਾ ਇਹਦੇ ਅੰਦਰ ਖਾਤੇ ਰਲ ਗਿਆ ਜੀ ਮੇਰੀ ਗੱਲ ਸੁਣੋ ਜਿਹੜਾ ਬੰਦਾ ਰਲਿਆ ਉਹਦੇ ਖਿਲਾਫ ਬੋਲੂਗਾ ਜੀ ਅੱਜ ਖੈਰਾ ਸਾਹਿਬ ਇਦੇ ਖਿਲਾਫ ਨਹੀਂ ਬੋਲ ਰਹੇ ਜੇ ਜੇ ਕੋਈ ਨਸ਼ਾ ਦੀ ਗੱਲ ਹੋਈ ਖੈਰਾ ਸਾਹਿਬ ਨੇ ਬੁਲੰਦ ਆਵਾਜ਼ ਚੱਕੀ ਜੇ ਪੰਜਾਬ ਦੇ ਕਿਸਾਨ ਆਤਮ ਤਿਆਕਰੇ ਸੀ ਕਰਜ਼ਾ ਕਰਕੇ ਖੈਰਾ ਸਾਹਿਬ ਨੇ ਬੁਲੰਦ ਆਵਾਜ਼ ਕੀਤੀ ਜੇ ਸਾਂਝ ਗੱਟ ਹੁੰਦੀ ਫਿਰ ਦੋਨੋਂ ਕਿਸੇ ਇਸ਼ੂ ਦਾ ਆਵਾਜ਼ ਨਹੀਂ ਚੱਕਣੀ ਸੀ ਕੈਪਟਨ ਸਾਹਿਬ ਵੀ ਮੋਦੀ ਸਰਕਾਰ ਖਿਲਾਫ ਚੱਕਦੇ ਆ ਬਾਦਲਾ ਖਿਲਾਫ ਚੱਕਦੇ ਆ ਨਹੀਂ ਕਿਹੜਾ ਕਿਹੜਾ ਕਿਹੜੀ ਚੱਕਿਆ ਆਵਾਜ਼ ਦੱਸੋ ਨਹੀਂ ਹੁਣ ਦੱਸੋ ਦੱਸੋ ਕਿਹੜੀ ਆਵਾਜ਼ ਆਫਟਰ ਆ ਜਿਹੜੀ ਗਵਰਨਮੈਂਟ ਬਣੀ ਆ ਠੀਕ ਹੈ ਨਾ ਇਸ ਤੋਂ ਪਹਿਲਾਂ ਦੀ ਤੁਸੀਂ ਸਪੀਚ ਕੱਢ ਲਓ ਕੈਪਟਨ ਸਾਹਿਬ ਦੀ ਠੀਕ ਹੈ ਨਾ ਤੇ ਜਿਵੇਂ ਸਰਕਾਰ ਬਣ ਗਈ ਉਸ ਤੋਂ ਬਾਅਦ ਵੀ ਮਤਲਬ ਅ ਅ ਨਿਡਫਤਾ ਨਾਲ ਕਿਹਾ ਕਿ ਅਸੀਂ ਫੜ ਕੇ ਅੰਦਰ ਕਰਾਂਗੇ ਜਿਹੜੇ ਬੇਦਬੀ ਦੇ ਮੇਨ ਦੋਸ਼ੀ ਨੇ ਤੇ ਵੱਡੇ ਮਗਰਮੱਛਾ ਨੂੰ ਫੜ ਕੇ ਅੰਦਰ ਕਰਾਂਗੇ ਤੇ ਕਰੋ ਨਾ ਕਰਦੇ ਕਿਉਂ ਨਹੀਂ ਰਾਜਨੀਤੀ ਕੋ ਕਰ ਰਹੇ ਮੈਂ ਦੋਸਰੇ ਦੇ ਦੋਸਰਾ ਲੀਡਰ ਲਾਉਂਦੇ ਰਿਹਾ ਨਾ ਤੁਸੀਂ ਉਹਨਾਂ ਤੇ ਲਾਉਂਦੇ ਥੋੜੇ ਲਾਉਂਦੇ ਪੰਜਾਬ ਦੀ ਜਨਤਾ ਇੱਥੇ ਗੁੰਮਰਾਹ ਹੋ ਰਹੀ ਹੈ ਨਾ ਕਿਉਂ ਹੋ ਰਹੀ ਹੈ ਮਤਲਬ ਦੇਖੋ ਪੰਜਾਬ ਦੀ ਜਨਤਾ ਨਾ ਦੇਖੋ ਬਹੁਤ ਸਿਆਣੀ ਹੈ ਗੁੰਮਰਾਹ ਨਹੀਂ ਹੋ ਰਹੀ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕੀਤਾ ਜਾਂਦਾ ਹੈ ਠੀਕ ਹੈ ਉਹ 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 ਤਾਕਤਾਰ ਰਾਈ ਕੀਤਾ ਜਾਂਦਾ ਜਾਂ মিডিਆ ਪਾਵਰ ਰਾਈ ਕੀਤਾ ਜਾਂਦਾ ਜਾਂ ਤੁਸੀਂ ਕਹਿ ਲਓ ਇੱਕ ਐਡਵਰਟਾਈਜ਼ਮੈਂਟ ਸرائی ਕੀਤਾ ਜਾਂਦਾ ਉਹ ਉਹ ਪਾਵਨ ਤੁਸੀਂ ਕਿਵੇਂ ਕਹਿ ਸਕਦੇ ਦੇਖੋ ਅੱਛਾ ਜਿਹੜੀ ਨੈਸ਼ਨਲ মিডিਆ ਤਾਨੂੰ ਕੀ ਲੱਗਦਾ ਨਿਰਪੱਖਤਾ ਨਾਲ ਨਹੀਂ ਮੈਂ ਉਹਦਾ ਗੱਲ ਕਰਦਾ ਜਿਹੜੀ ਆਪਣੀ ਮੈਂ ਸਾਰੀ ਮੀਡੀਆ ਦੀ ਗੱਲ ਨਹੀਂ ਕਰਦਾ ਸਾਰੀ ਮੀਡੀਆ ਦੀ ਗੱਲ ਕਰਦਾ ਆਈ ਟੇਕ ਮਾਈ ਵਰਡਸ ਬੈਕ ਸਾਰੀ ਮੀਡੀਆ ਦੀ ਗੱਲ ਨਹੀਂ ਕਰਦਾ ਹੁਣ ਜਿਹੜੀ ਨੈਸ਼ਨਲ ਲੈਵਲ ਤੇ ਕੁਝ ਮੀਡੀਆ ਹੈਗੇ ਆ ਤੁਹਾਨੂੰ ਲੱਗਦਾ ਕਿ ਉਹ ਨਿਰਪੱਖਤਾ ਨਾਲ ਚੱਲ ਰਿਹਾ ਤੁਸੀਂ ਵੀ ਇਸ profession ਚ ਤੁਹਾਨੂੰ ਵੀ ਪਤਾ ਤੁਹਾਨੂੰ ਲੱਗਦਾ ਕਿ ਪੰਜਾਬ ਦੀ ਸਾਰੀ ਮੀਡੀਆ ਜੀ ਨਿਰਪੱਖਤਾ ਨਾਲ ਕਵਰਿੰਗ ਕਰ ਰਹੀ ਹੈ ਰਿਪੋਰਟਿੰਗ ਕਰ ਰਹੀ ਹੈ ਜੀ ਠੀਕ ਹੈ ਮੈਂ ਹਰ ਇੱਕ ਬੰਦਾ ਆਪਣਾ ਆਪਣਾ ਯੋਗਦਾਨ ਪਾ ਰਿਹਾ ਨਹੀਂ ਮੈਂ ਮੈਂ ਉਹੀ ਕਹਿ ਰਿਹਾ ਕਿ ਮੈਂ ਇਹ ਕਹਿਣਾ ਕਿ ਜਿਹੜਾ ਮੈਂ ਕਹਿੰਦਾ মিডিਆ ਇਜ਼ ਦਾ ਫੋਰਥ ਪਿਲਰ ਆਫ आवर ਡੈਮੋਕ੍ਰੇਸੀ ਜੇ মিডিਆ ਵੀ ਇੱਕ ਇਮਾਨਦਾਰੀ ਨਾਲ ਲੋਕਾਂ ਦੇ ਇਸ਼ੂਜ਼ ਨੂੰ ਮਸਲੇ ਨੂੰ ਹਾਈਲਾਈਟ ਕਰੇ ਤਾਂ ਪੰਜਾਬ ਦੇ ਲੋਕਾਂ ਚ ਡੈਫੀਨਿਟਲੀ ਅਵੇਅਰਨੈਸ ਆਏਗੀ ਸਾਨੂੰ ਤਾਂ ਫਸਾਈ ਦਿੰਦੇ ਆ ਨਾ ਕਦੇ ਧਰਮ ਦੀ ਆੜ ਚ ਲੜਾਤਾ ਸਾਨੂੰ ਕਦੇ ਕਦੇ ਆਸਈਏ ਦੇ ਵਿਰੋਧ ਚ ਲੜਾਤਾ ਕਦੇ ਇੰਡੀਆ ਪਾਕਿਸਤਾਨ ਲਿਆਂਦਾ ਮਤਲਬ ਜਿਹੜੇ ਅਸਲ ਮੁੱਦੇ ਨੇ ਜਿਹੜੇ ਮਤਲਬ ਨੌਜਵਾਨਾਂ ਦੇ ਇਸ਼ੂਜ਼ ਨੇ ਵੈਲਿਊ ਆਫ ਲਾਈਫ ਦੇ ਰੋਜ਼ਗਾਰ ਦੇ ਇਸ਼ੂ ਨੇ ਕਿਸਾਨਾਂ ਦੇ ਕਰਜ਼ਾ ਮੁਆਫੀ ਦੇਣੇ ਜਾਂ ਫਸਲਾਂ ਦੇ ਮੁੱਲ ਦੇ ਇਸ਼ੂ ਨੇ ਆਪੋ ਉਹਨਾਂ ਇਸ਼ੂਸ ਤੇ ਹਾਈਲਾਈਟ ਕਰੀਏ ਫਿਰ ਸਵਾਲ ਉੱਠ ਹੀ ਆ ਜਾਂਦਾ ਵਾ ਜੇ ਜੀ ਜਨਤਾ ਨੂੰ ਅਸੀਂ ਜਾਗਰੂਕ ਕਰ ਦਾਂਗੇ ਤੁਸੀਂ ਵੀ ਕਰਦੇ ਪਈਓ ਖੈਰਾ ਸਾਹਿਬ ਕਰਦੇ ਆ ਹੋਰ ਵੀ ਲੀਡਰ ਕਰ ਜਿਹੜੇ ਇਮਾਨਦਾਰ ਨੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਆ ਪਰ ਉਹਨਾਂ ਨੂੰ ਦਿਸਦਾ ਨਹੀਂ ਪਿਆ ਕਿ ਉਹਨੂੰ ਇਕੱਲੇ ਖੈਰਾ ਸਾਹਿਬ ਤੋਂ ਹੀ ਮੰਨ ਕੇ ਚੱਲੀਏ ਖੈਰਾ ਸਾਹਿਬ ਦੇ ਸਿਰ ਤੇ ਸਰਕਾਰ ਤਾਂ ਬਣ ਨਹੀਂ ਥੋਣ ਨੂੰ ਵੀ ਅਸੀਂ ਦਾ ਪਤਾ ਵਾ ਉਹਨਾਂ ਨੂੰ ਕਿਤਨਾ ਕਿਤੇ ਜਾ ਕੇ ਸਮਝੌਤੇ ਕਰਨੇ ਪੈਣੇ ਆ ਹੋਰ ਪਾਰ ਤੇ ਨਾ ਗੱਲਾਂ ਅਸੀਂ ਦੇਖੋ ਅਸੀਂ ਅਸੀਂ ਇੰਦਰਪਾਲ ਜੀ ਅਸੀਂ ਮੰਗ ਏ ਕਾਰ Yeah. ਕਿ ਚੰਗੀ ਲੀਡਰਸ਼ਿਪ ਇਕੱਠੀ ਹੋਵੇ ਚੰਗੇ ਲੋਕ ਇਕੱਠੇ ਹੋਣ ਚੰਗੀ ਜਿਹੜੀ ਐਨ ਜੀਓਜ਼ ਨੇ ਜਾਂ ਕੋਈ ਸੋਸ਼ਲ ਵਰਕਰਜ਼ ਨੇ ਉਹ ਸਾਰੇ ਇਕੱਠੇ ਹੋਣ ਕੰਮ ਬਚਾਉਂ ਉਹ ਚੰਗੇ ਲੀਡਰ ਇਕੱਠੇ ਹੋਏ ਉਨੇ ਚ ਦੇ ਕੀ ਕਰਨਦੇ ਆ ਵੀ ਉਹ ਫਿਰ ਬੈਕਸੈਟ ਤੇ ਆ ਗਏ ਦੇਖੋ ਗਲਤੀਆਂ ਹੋ ਜਾਂਦੀਆਂ 2017 ਚ ਨੋ ਡਾਊਟ ਇੱਕ ਬਹੁਤ ਵੱਡੀ ਕਲਹਿਰ ਬਣੀ ਸੀ ਇੱਕ ਪੰਜਾਬ ਚ ਇੱਕ ਰੈਵੋਲੂਸ਼ਨਰੀ ਚੇਂਜ ਮਤਲਬ ਉਹਦਾ ਇਹ ਲੱਗਦਾ ਸੀ ਕਿ ਚੇਂਜ ਆਊਗਾ ਬਹੁਤ ਉਹ ਬਦਲਾਵ ਨੌਜਵਾਨ ਸਪੈਸ਼ਲੀ ਬਹੁਤ ਬਾਹਰ ਨਿਕਲੇ ਸੀ ਸਾਡੇ ਵਰਗੇ ਵੀ ਦਿਨ ਰਾਤ ਮਤਲਬ ਬਾਹਰ ਸੜਕਾਂ ਤੇ ਘੁੰਮਦੇ ਰਹੇ ਕਿ ਹੁਣ ਅਸੀਂ ਇੱਕ ਬਦਲਾਵ ਲੈ ਕੇ ਆਵਾਂਗੇ ਪਰ ਫਿਰ ਵੀ ਚਲੋ 20 ਸਿੱਟਾ ਆਈਆਂ ਆ ਮੁੱਖ ਵਿਰੋਧੀ ਤੇ ਚੁਣਿਆ ਸਾਡੀ ਪੰਜਾਬ ਦੀ ਜਨਤਾ ਨੇ ਪਰ ਮੈਨੂੰ ਇਹ ਲੱਗਦਾ ਕਿ ਇੱਕ ਸੈਟਬੈਕ ਦੇਖ ਲਈ ਉਹਨਾਂ ਨੇ ਜਿਹੜਾ ਮੈਂ ਤੁਹਾਨੂੰ ਇੱਕ 17 ਚ ਇੱਕ ਮੈਂ ਦੇ ਦੱਸ ਦਨਾ 17 ਚ ਜੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਨਾ ਤੇ ਇੱਕ ਉਹਨਾਂ ਦਾ ਇੱਕ ਕਿਰਦਾ 2002 ਵੇਲੇ ਦੀ ਜਿਹੜੀ ਸਰਕਾਰ ਸੀ ਨਾ ਉਹ ਇੱਕ ਬੜਾ ਇੱਕ ਪੋਜ਼ਿਟਿਵ ਇਮਪੈਕਟ ਸੀ ਪੰਜਾਬ ਦੇ ਲੋਕਾਂ ਤੇ ਪਰ ਉਹ ਇਮਪੈਕਟ ਹੁਣ ਖਤਮ ਹੋ ਚੁੱਕਿਆ ਜਿਹੜੀ ਹੁਣ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਸਾਡੇ ਲੋਕਾਂ ਨੇ ਦੇਖ ਲਈ ਨਾ ਸਾਡੇ 3 ਸਾਲਾਂ ਦੀ ਤੇ ਉਹਦੇ ਵਿੱਚ ਲੋਕ ਹੀ ਕਹਿੰਦੇ ਆ ਕਿ ਬਸ ਜੀ ਇਹ ਦੋਨੋਂ ਪਰਿਵਾਰ ਦੋਨੋਂ ਪਾਰਟੀਆਂ ਦੀ ਇਹ ਕਾਰਗੁਜ਼ਾਰੀ ਆ ਦੇਖ ਲਿਆ ਇੱਕ ਹੁਣ ਫੁੱਲ ਸਟਾਪ ਲੱਗ ਚੁੱਕਾ ਹੈ ਹੁਣ ਡੈਫੀਨਿਟਲੀ ਕਿ ਤੀਜੀ ਧਿਰ ਨੂੰ ਮੌਕਾ ਦੇਣਗੇ ਤੇ ਅਸੀਂ ਅਪੀਲ ਕਰ ਰਹੇ ਹਾਂ ਕਿ ਤੀਜੀ ਧਿਰ ਆਵੇ ਪਰ ਤੀਜੀ ਧਿਰ ਇਕੱਠੇ ਹੋ ਕੇ ਆਵੇ ਕਿਹੜੇ ਕਿਹੜੇ ਲੀਡਰ ਨੂੰ ਇਕੱਠਾ ਕਰੋ ਜਦੋਂ ਸਾਰ ਤਾਂ ਲੱਗਦਾ 19 ਤੋਂ ਤੁਹਾਡਾ ਕਲੇਸ਼ ਪਿਆ ਵਾ ਤਿੰਨ ਪਾਰਟੀਆਂ ਦਾ ਉਹ ਫਗਵਾੜਾ ਤੇ ਦਾਖਾ ਸੇਕੂਗਾ ਕਿਵੇਂ ਲੱਗਦਾ ਉਹ ਇਕੱਠੇ ਕਿਵੇਂ ਹੋਣਗੇ ਤੁਸੀਂ ਦੇਖੋ ਸਰ ਇਹ ਤਾਂ ਪੰਜਾਬ ਦੇ ਲੋਕ ਜੇ ਚਾਣ ਤਾਂ ਇਕੱਠੇ ਹੋ ਜਾਣਗੇ ਆਪਾਂ ਲੀਡਰ ਦੇ ਪਿੱਛੇ ਕਿਉਂ ਲੋਕ ਕਿਉਂ ਨਹੀਂ ਆਂਦੇ ਲੋਕ ਜਿਹੜੀ ਸੋਚ ਰੱਖਦੇ ਆ ਕਿ ਚੰਗੀ ਲੀਡਰਸ਼ਿਪ ਇਕੱਠੀ ਹੋ ਤੇ ਲੋਕ ਇਕੱਠੇ ਹੋ ਕੇ ਕਹਿ ਦੋ ਜਿਹੜਾ ਲੀਡਰ ਨਹੀਂ ਇਕੱਠਾ ਹੋਗਾ ਉਹਨੂੰ ਘਰ ਬਿਠਾ ਦੋ ਜੀ ਇਹ ਤਾਂ ਲੋਕਤੰਤਰ ਆ ਨਾ ਜੀ ਜਿਹੜਾ ਜਿਹੜਾ ਬੰਦਾ ਸਹਿਮਤੀ ਨਹੀਂ ਪਰੂਗਾ ਫਿਰ ਲੋਕੀ ਉਹਨੂੰ ਕਿਨਾਰਾ ਦਿਖਾ ਦੇਣਗੇ ਆਪਣੇ ਆਪ ਉਹੀ ਗੱਲ ਕਰਦਾ ਨੇ ਕਿਨਾਰਾ ਤਾਂ ਹੁਣ ਉੰਨੀ ਚ ਵੀ ਕਈਆਂ ਕਈਆਂ ਨੂੰ ਦਿਖਾਤਾ ਜੀ ਦੇਖੋ ਦੇਖੋ ਮੇਰੀ ਗੱਲ ਸੁਣੋ ਮੈਂ ਇਹ ਕਹਿ ਰਿਹਾ ਹਾਂ ਹੁਣ ਇਸ ਵੇਲੇ ਜਿਹੜੀ ਸਮੇਂ ਦੀ ਮੰਗ ਹੈ ਨਾ ਲੋਕਾਂ ਦੀ ਪਾਰਟਿਸਪੇਸ਼ਨ ਜ਼ਿਆਦਾ ਚਾਹੀਦੀ ਆ ਸਗੋਂ ਲੋਕਤੰਤਰ ਨੂੰ ਜ਼ਿੰਦਾ ਕਰੀਏ ਨਾ ਆਪਾਂ ਦੁਬਾਰਾ ਲੋ ਜੀ ਜੋ ਲੋਕ ਕਹਿਣਗੇ ਅਸੀਂ ਉਸ ਰਾਤੇ ਚੱਲਾਂਗੇ ਕੈਪਟਨ ਸਾਹਿਬ ਵੀ ਲੋਕਾਂ ਦੇ ਗੱਲ ਛੱਡ ਰਿਹਾ ਤੇ ਮੋਦੀ ਸਾਹਿਬ ਵੀ ਆਤਮ ਨਿਰਭਰ ਕਰ ਰਹੇ ਆ ਤੁਸੀਂ ਵੀ ਲੋਕਾਂ ਦੇ ਛੱਡ ਦੇਣ ਕਿ ਲੀਡਰ ਨੇ ਆਪ ਕੁਝ ਨਹੀਂ ਕਰਨਾ ਲੋਕੀ ਸਭ ਕੁਝ ਕਰਨ ਆਤਮ ਨਿਰਭਰ ਹੋਏ ਆਪਾਂ ਨਹੀਂ ਉਹੀ ਕਹਿੰਦਾ ਸਾਰੇ ਲੀਡਰ ਆਤਮ ਨਿਰਭਰ ਹੋਏ ਆਪਾਂ ਵੀ ਲੋਕੀ ਕਿੱਥੇ ਹੋਣ ਐਸ ਵੇਲੇ ਐਸ ਵੇਲੇ ਆਪਾਂ ਕੀ ਹੋਗੇ ਮਹਿੰਗਾਈ ਨਿਰਭਰ ਜੀ ਐਸ ਵੇਲੇ ਹੋਗੇ ਕਰਜ਼ਾ ਨਿਰਭਰ ਜੀ ਐਸ ਵੇਲੇ ਹੋਗੇ ਭੋਜਨ ਨਿਰਭਰ ਜੀ ਠੀਕ ਹੈ ਨਾ ਤੇਲ ਦੇ ਧਾਮ ਕਿੱਥੇ ਪਹੁੰਚ ਗਏ ਠੀਕ ਹੈ ਨਾ 올 ਟਾਈਮ ਹਾਈ ਤੇ ਪਹੁੰਚ ਗਿਆ ਜਦ ਕਿ ਕਰੂਡ ਆਇਲ ਦੀ ਕੀਮਾ ਵਰਲਡ ਵਾਈਡ ਚ ਬਹੁਤ ਘਟ ਹੈ ਤੇ ਕੈਪਟਨ ਸਾਹਿਬ ਕਦੇ ਨਹੀਂ ਬੋਲੇ ਇਸ ਮੁੱਦੇ ਤੇ ਕਿਉਂ ਨਹੀਂ ਬੋਲੇ ਤੁਸੀਂ ਚੈੱਕ ਨਹੀਂ ਤੁਸੀਂ ਨੌਲੇਜ ਦਾ ਵਾਅਦਾ ਕਰੋ ਇੰਦਰਪਾਲ ਜੀ ਪੰਜਾਬ ਦੇ ਇੰਦਰਪਾਲ ਜੀ ਅੱਗੇ ਪਹੁੰਚਾਓ ਇੰਦਰਪਾਲ ਜੀ ਇੰਦਰਪਾਲ ਜੀ ਪਲੀਜ਼ ਮੈਂ ਇੱਕ ਰਿਕੁਐਸਟ ਕਰ ਰਿਹਾ ਮੈਂ ਤੁਹਾਡੀ ਰਿਸਪੈਕਟ ਕਰਦਾ ਪਰ ਗੁੰਮਰਾਹ ਨਾ ਕਰੋ ਤੁਸੀਂ ਸਟੱਡੀ ਨਹੀਂ ਤੁਸੀਂ ਸਟੱਡੀ ਨਹੀਂ ਕੀਤੀ ਹੋਈ ਇਸ ਟਾਪਿਕ ਤੇ ਤੁਹਾਡਾ ਨੌਲੇਜ ਨਹੀਂ ਹੈਗੀ ਨੌਲੇਜ ਨਹੀਂ ਹੈਗੀ ਤੁਸੀਂ ਮੇਰੇ ਕੋਲ ਖੈਰਾ ਸਾਹਿਬ ਦੀ ਤੁਸੀਂ ਤੇ ਜਾ ਕੇ ਦੇਖੋ ਉਹਨਾਂ ਨੇ ਹਰ ਸਭ ਤੋਂ ਸਭ ਤੋਂ ਪਹਿਲਾਂ ਜੇ ਇਸ਼ੂ ਚੱਕਿਆ ਸੀ ਤੇਲ ਦੇ ਦਾਮ ਤੇ ਸਭ ਤੋਂ ਪਹਿਲਾਂ ਚੱਕਿਆ ਸੀ ਖੈਰਾ ਸਾਹਿਬ ਨੇ ਤੁਸੀਂ ਚੈੱਕ ਕਰੋ ਉਹਨਾਂ ਦੀ ਵੌਲ ਤੇ ਜਾ ਕੇ ਮੈਂ ਕਹਿੰਦਾ ਔਨ ਰਿਕਾਰਡ ਪਿਆ ਹੈ ਜੀ ਤੇਲ ਜਨਤਾ ਦੇ ਉਪਰ ਇਹਦਾ ਨਹੀਂ ਗੁੰਮਰਾਣਕ ਕਦੇ ਵੀ ਬੀਜੇਪੀ ਅੱਗੇ ਨਹੀਂ ਹੁੰਦੇ ਸਾਰੇ ਦੇ ਗੱਲ ਕਿਉਂ ਨਹੀਂ ਬੋਲੇ ਆ ਯੂਪੀਏ ਕਿਹਦੇ ਖਿਲਾਫ ਬੋਲ ਰਿਹਾ ਸਾਰੇ ਹੀ ਨਹੀਂ ਕਿਉਂ ਮਹਿੰਗਾਈ ਦੇ ਮੁੱਦੇ ਹੋਗੇ ਤੁਸੀਂ ਹੋਰ ਗੱਲਾਂ ਇਹ ਨਹੀਂ ਬੋਲਦਾ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਜਿਹੜੇ ਆ ਇਸ਼ੂਸ ਨੇ ਯੂਪੀਏ ਕੇਂਦਰ ਵੱਲੋਂ ਅਮੈਂਡਮੈਂਟ ਕੀਤਾ ਗਈ ਜਿਹੜੀ 370 ਹਟਾਈ ਗਈ ਸੀ ਜੀ ਕੇਂਦਰ ਵੱਲੋਂ ਲਿਆਂਦਾ ਗਿਆ ਸੀ ਆਵਾਜ਼ ਕਿੰਨੇ ਚੱਕੀ ਉਹਦੇ ਖਿਲਾਫ ਅਕਾਲੀ ਦਲ ਨੇ ਚੱਕੀ ਉਹਨੇ ਤਾਂ ਸਭ ਨੂੰ ਵੋਟ ਪਾਈ ਉਹਦੇ ਹੱਕ ਚ ਆਵਾਜ਼ ਕਿਹਨੇ ਚੱਕੀ ਖੈਰਾ ਸਾਹਮਣੇ ਪੰਜਾਬ ਦੇ ਲੋਕਾਂ ਨੇ ਪਬਲਿਕ ਦੇ ਮੁੱਦੇ ਤਾਂ ਤੇਰਾ ਤਾਰਾ 370 ਨਹੀਂ ਹੈਗੀ ਤਾਂ ਉਹਨਾਂ ਦੇ ਮੁੱਦੇ ਰਹਿ ਗਏ ਮਹਿੰਗਾਈ ਮੈਂ ਜਵਾਬ ਉਹਦਾ ਦਿੱਤਾ ਜਿਹੜਾ ਤੁਸੀਂ ਕਹਿਆ ਕਿ ਕੇਂਦਰ ਸਰਕਾਰ ਦੇ ਖਿਲਾਫ ਨਹੀਂ ਬੋਲ ਰਹੇ ਮੈਂ ਉਹਦਾ ਜਵਾਬ ਦੇ ਰਿਹਾ ਤੁਸੀਂ ਉਹ ਮੁੱਦਾ ਵੀ ਤੁਸੀਂ ਤੁਸੀਂ ਕੰਪਲੈਕਸ ਕਿਉਂ ਕਰ ਰਹੇ ਹੋ ਤੁਸੀਂ ਕਲੈਰਿਟੀ ਤੁਸੀਂ ਆਪਣੇ ਆਪ ਚ ਕਲੈਰਿਟੀ ਰੱਖੋ ਤੁਸੀਂ ਪੁੱਛਣਾ ਕੀ ਚਾਹੁੰਦੇ ਹੋ ਮੌਸਮ ਦਾ ਜਵਾਬ ਦਵਾਂਗਾ ਤੁਸੀਂ ਕੀ ਪੁੱਛਣਾ ਚਾਹੁੰਦੇ ਪਹਿਲੇ ਉਹ ਪੁੱਛੋ ਤੁਸੀਂ ਮਹਿੰਗਾਈ ਦੀ ਗੱਲ ਕੀਤੀ ਮਹਿੰਗਾਈ ਦੀ ਗੱਲ ਕਰਦਾ ਨਹੀਂ ਲੋਕ ਲਹਿਰ ਪੰਜਾਬ ਚ ਕਿਧੋ ਵੀ ਖੜ ਸਾਬਾ ਕੋਈ ਵੀ ਜਿਹੜਾ ਹੁਣ ਤੇਲ ਦੇ ਧਾਮ ਵੱਧ ਰਿਹਾ ਉਹਨਾਂ ਦਿਨਾਂ ਚ ਮਹਾਮਾਰੀ ਚੱਲ ਰਹੀ ਸੀ ਹੁਣ ਮਹਾਮਾਰੀ ਚ ਵੈਸੇ ਹੀ ਕਰਫਿਊ ਲੱਗਾ ਹੋਇਆ ਹੈ ਬਾਹਰ ਅਸੀਂ ਅੰਦੋਲਨ ਕਰ ਨਹੀਂ ਸਕਦੇ ਆਪਣੇ ਆਪਣੇ ਲੈਵਲ ਤੇ ਆਵਾਜ਼ ਚੱਕ ਸਕਦੇ ਹਾਂ ਅਸੀਂ ਚੱਕ ਰਿਹਾ ਹੁਣ ਤੁਸੀਂ ਜੇ ਕਿੰਨੇ ਹੀ ਕਾਨੂੰਨ ਤੋੜੀਏ ਮਹਾਮਾਰੀ ਦਾ ਜਿਹੜਾ ਕਾਨੂੰਨ ਬਣਿਆ ਹੋਇਆ ਇਕੱਠ ਕਰ ਲਈਏ ਤਾਂ ਉਹ ਦੱਸੋ ਤੁਸੀਂ ਹੁਣ ਰਿਕਾਰਡ ਬੋਲੋ ਨਹੀਂ ਉਹਦਾ ਹੁਣ ਵੀ ਚੱਲਿਆ ਗਲਤ ਆ ਨਾ ਫਿਰ ਨਹੀਂ ਦੇਖੋ ਉਹ ਗਲਤ ਆ ਜੇ ਜੇ ਆਪਾਂ ਚੰਗੀ ਸੇਧ ਆ ਪਹਿਲੀ ਜਿਹੜੀ ਇਸ ਵੇਲੇ ਜਿਹੜੀ ਲੜਾਈ ਆ ਨਾ ਮਹਾਮਾਰੀ ਦੇ ਖਿਲਾਫ ਅਸੀਂ ਜੰਗ ਜਿੱਤਣੀ ਆ ਪਰ ਉਹਦੇ ਚ ਸਾਡੀ ਸਰਕਾਰ ਨੂੰ ਸਾਡੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਸੀ ਕਿਉਂਕਿ ਲੋਕਾਂ ਦੇ ਕਾਰੋਬਾਰ ਠੱਪ ਹੋਗੇ ਠੀਕ ਹੈ ਲੋਕਾਂ ਦੀਆਂ ਤਨਖਾਹਾਂ ਬੰਦ ਹੋ ਗਈਆਂ ਹਨੀਆਂ ਨਾ ਲੋਕਾਂ ਦੇ ਸਿਰ ਤੇ ਬੋਝ ਵਧ ਗਿਆ ਲੋਕਾਂ ਦੇ ਸਿਰ ਤੇ ਕਰਜ਼ਾ ਵਧ ਗਿਆ ਲੋਕਾਂ ਦੇ ਸਿਰ ਤੇ ਬਿਜਲੀ ਦੇ ਬਿੱਲ ਪੈ ਗਏ ਲੋਕਾਂ ਦੇ ਸਿਰ ਤੇ ਸਕੂਲਾਂ ਦੀਆਂ ਫੀਸਾਂ ਪੈ ਗਈਆਂ ਹਰ ਚੀਜ਼ ਐਮਆਈ ਦੀਆਂ ਕਿਸ਼ਤਾਂ ਪੈ ਗਈਆਂ ਹਰ ਚੀਜ਼ ਤੇ ਤਾਂ ਲੋਕਾਂ ਦਾ ਬੋਝ ਪੈ ਗਿਆ ਪਰ ਸਾਡੀ ਸਰਕਾਰ ਨੇ ਬਾਫੜੀ ਇਹ ਮਾਨਦਾਨੀ ਦਾ ਦੋਸੋ ਨਹੀਂ ਦੇਖੋ ਸਰਕਾਰ ਫੇਲ ਸਾਬਤ ਹੋਈਆਂ ਇਸ ਮੁੱਦੇ ਤੇ ਦੇਖੋ ਇਹਦੇ ਚ ਕੇਂਦਰ ਸਰਕਾਰ ਦਾ ਵੀ ਬਰਾਬਰ ਦਾ ਰੋਲ ਹੈ ਕੱਲਾ ਹਾਂ ਦੋਨੇ ਫੇਲ ਹੋਈਆਂ ਇਹਦੇ ਚ no doubt ਇਹਦੇ ਫੇਲ ਹੋਈਆਂ ਤੇ ਅਸੀਂ ਆਵਾਜ਼ ਚੱਕ ਰਿਆ ਬੁਲੰਦ ਆਵਾਜ਼ ਚੱਕ ਰਿਆ ਜੀ ਨਹੀਂ ਡਰਤਾ ਨਾਲ ਚੱਕ ਰਿਆ ਕਿ ਪੰਜਾਬ ਦੇ ਲੋਕਾਂ ਦੇ ਹੱਕ ਦੀ ਆਵਾਜ਼ ਚੱਕ ਰਿਆ ਤੇ ਪੰਜਾਬ ਦੇ ਹਿੱਤ ਲਈ ਆਵਾਜ਼ ਚੱਕ ਰਿਆ ਅਸੀਂ ਹਰ ਇਸ਼ੂਸ ਤੇ ਆਵਾਜ਼ ਚੱਕੀ ਆ ਕਿਸੇ ਵੀ ਇਸ਼ੂਸ ਤੇ ਕੰਪਰੋਮਾਈਜ਼ ਨਹੀਂ ਕੀਤਾ ਨਾ ਕਰਾਂਗੇ ਜੀ ਜੋ ਪੰਜਾਬ ਦੇ ਹਿੱਤ ਲਈ ਗੱਲ ਹੋਊਗੀ ਅਸੀਂ ਬੁਲੰਦ ਆਵਾਜ਼ ਚੱਕਾਂਗੇ ਤੇ ਪੰਜਾਬ ਨੂੰ ਖੁਸ਼ਹਾਲ ਪੰਜਾਬ ਬਣਾਉਣ ਦੀ ਕੋਸ਼ਿਸ਼ ਕਰਾਂਗੇ ਬਹੁਤ ਬਹੁਤ ਧੰਨਵਾਦ ਸਾਡੀਆਂ ਸ਼ੁਭਕਾਮਨਾਵਾਂ ਨੇ ਤੁਹਾਨੂੰ ਵੀ ਤੁਸੀਂ ਇੱਕਠੇ ਹੋ ਕੇ ਜਿਹੜਾ ਨਵਾਂ ਤੀਜੇ ਤਰ ਦੀ ਗੱਲ ਕਰਦੇ ਹੁ ਦੁਬਾਰਾ ਤੀਜੀ ਤਰ ਬਣੇ ਜਿੱਥੇ ਇਮਾਨਦਾਰ ਲੀਡਰ ਆ ਕੇ ਤੇ ਪੰਜਾਬ ਨੂੰ ਨਵੀਂ ਸੇਧ ਦੇ ਸਕਣ ਇਹ ਸਭ ਪ੍ਰੋਫੈਸਰ ਸਾਹਿਬ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਉਹਨਾਂ ਨੇ ਯੂਪੀਏ ਦੇ ਜਿਹੜਾ ਐਕਟ ਹੈ ਉਹਤੇ ਆਪਣੀ ਖਾਸ ਤੌਰ ਤੇ ਵਿਚਾਰ ਰੱਖੇ ਨੇ ਤੇ ਸਭ ਤੋਂ ਵੱਡੀ ਗੱਲ ਕੀਤੀ ਹੈ ਕਰੋਨਾ ਮਹਾਮਾਰੀ ਤੇ ਉਹਨਾਂ ਨੇ ਕਿਹਾ ਵੀ ਕੇਂਦ ਪੰਜਾਬ ਸਰਕਾਰ ਕਿਤਨਾ ਕਿਤੇ ਫੇਲ ਸਾਬਤ ਹੋਈ ਆ ਨਾਗਪਾਲ ਪਰਿਵਾਰ ਦੇ ਵਿੱਚੋਂ ਪਰਿਵਾਰਕ ਮੈਂਬਰ ਦੀ ਡੈਥ ਹੋ ਜਾਣਾ ਵੱਡਾ ਸਵਾਲੀਆ ਨਿਸ਼ਾਨਾ ਮਿਸ਼ਨ ਫਤਿਹ ਦੇ ਉੱਤੇ ਖਾਸ ਤੌਰ ਤੇ ਉਹਨਾਂ ਨੇ 2022 ਦਾ ਭੂਮਿਕਾ ਉਹਦੀ ਗੱਲ ਕੀਤੀ ਵੀ 2022 ਦਾ ਭੂਮਿਕਾ ਹੈ ਨੌਜਵਾਨਾਂ ਨੂੰ ਖਾਸ ਤੌਰ ਤੇ ਪਬਲਿਕ ਨੂੰ ਆਪ ਅੱਗੇ ਆ ਕੇ ਵਧੀਆ ਜਿਹੜੇ ਲੀਡਰ ਨੇ ਚੰਗੀ ਸੋਚ ਵਾਲੇ ਲੀਡਰ ਨੇ ਇਮਾਨਦਾਰ ਲੀਡਰ ਨੇ ਉਹਨਾਂ ਦੀ ਚੋਣ ਕਰਨੀ ਹੋਏਗੀ ਮੈਂ ਇੰਦਰਪਾਲ ਸਿੰਘ ਧੋਣਾ ਕੈਮ ਸਤਿ ਸ੍ਰੀ ਅਕਾਲ